ਸਨੀ ਟੇਟ ਕਹਿਣਾ ਜੀ ਜੀਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਜੇ ਤੁਸੀਂ ਉਹਨਾਂ ਦੇ ਕੋਲੋਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਸ ਦੇ ਨਾਲ ਨਾਲ ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਮੈਡੀਕੇਅਰ ਪੂਰੇ ਅਮੈਰੀਕਾ ਭਰ ਦੇ ਵਿੱਚ ਕਰਦੇ ਨੇ ਕਾਲ ਕਰੋ 408-272-2500 ਦੇ ਉੱਤੇ ਟੇਰਕੇਣਾ ਇਮੀਗ੍ਰੇਸ਼ਨ ਲਾਅ ਫਰਮ ਯੂ ਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੇਣਾ 415-909-0509-0503 ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜਿਵੇਂ ਆਪਾਂ ਜਾਣਦੇ ਹਾਂ ਕੁਛ ਵੀਕ ਪਹਿਲਾਂ ਅਟਰਨੀ ਟੇਰਕੇਣਾ ਭਾਅ ਜੀ ਦੇ ਜਿਹੜੇ ਕਜ਼ਨ ਆ ਉਹਨਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਡੈਥ ਹੋ ਗਈ ਸੀ ਉਸ ਦੀ ਅਤੇ ਉਸਦੇ ਫਰੈਂਡ ਦੀ ਉਸ ਬਾਬਤ ਉਹਨਾਂ ਨੇ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀਗੀਆਂ ਅਤੇ ਜਿਹੜਾ ਲਾਸਟ ਵੀਕ ਆਪਾਂ ਪ੍ਰੋਗਰਾਮ ਵੀ ਜਿਹੜਾ ਉਹ ਨਹੀਂ ਕਰ ਸਕੇ ਸੀਗੇ ਪਰ ਨਾਲ ਦੇ ਨਾਲ ਸਰੋਤਿਆਂ ਨੂੰ ਆਪਾਂ ਇਹ ਦੱਸਦੇ ਜਾਈਏ ਅੱਜ ਜਿਹੜੀਆਂ ਕਾਲਸ ਨਹੀਂ ਲਵਾਂਗੇ ਪ੍ਰੋਗਰਾਮ ਲਾਈਵ ਚੱਲ ਰਿਹਾ ਪਰ ਕਾਲਸ ਜਿਹੜੀਆਂ ਉਹ ਅੱਜ ਅਸੀਂ ਨਹੀਂ ਲੈ ਸਕਾਂਗੇ ਉਸ ਚੀਜ਼ ਦੇ ਲਈ ਮਾਫ਼ੀ ਆ ਆਉਂਦੇ ਵੀਕਸ ਦੇ ਵਿੱਚ ਜਦ ਹੀ ਆਪਾਂ ਰੈਡੀ ਹੁੰਦੇ ਹਾਂ ਅਤੇ ਉਹ ਕਾਲਸ ਦਾ ਸਿਲਸਿਲਾ ਜਿਹੜਾ ਆਪਾਂ ਮੁੜ ਸ਼ੁਰੂ ਕਰਾਂਗੇ ਬਾਕੀ ਉੱਦਾਂ ਤੁਸੀਂ ਇਹਨਾਂ ਦੇ ਆਫਿਸ ਕੰਸਲਟ ਕਰਨਾ ਹੋਵੇ ਤਾਂ ਉਹ ਨੰਬਰ ਤੁਹਾਨੂੰ ਬਾਅਦ 'ਚ ਵੀ ਆਪਾਂ ਦੱਸ ਦਿੰਦੇ ਹਾਂ ਮਾਫ਼ੀ ਚਾਹਵਾਂਗੇ ਅੱਜ ਕਾਲਸ ਨਹੀਂ ਜਿਹੜਾ ਲੈ ਸਕਾਂਗੇ ਅਤੇ ਅਟਰਨੀ ਟੇਰਕੇਣਾ ਜੀ ਆਪਾਂ ਟੇਰਕੇਣਾ ਪਿੰਡ ਦੇ ਜਿਹੜੇ ਦੋ ਮੁੰਡਿਆਂ ਦਾ ਜਿਹੜਾ ਹਾਦਸਾ ਹੋਇਆ ਸੀ ਉਸ ਬਾਬਤ ਜੇ ਤੁਸੀਂ ਪਹਿਲਾਂ ਕੋਈ ਅਪਡੇਟ ਸ਼ੇਅਰ ਕਰਨੀ ਚਾਹੁੰਦੇ ਹਾਂ ਸੌਰਵ ਅਤੇ ਸਿਮਰਨ ਦੇ ਬਾਬਤ ਜੀ ਬਿਲਕੁਲ ਸੋ ਪਹਿਲਾਂ ਤਾਂ ਨਾ ਸਾਡੇ ਲਈ ਵੀ ਫਸਟ ਟਾਈਮ ਸੀਗਾ ਕਿ ਕਿਸੇ ਦੀ ਡੈੱਡ ਬੋਡੀ ਇੱਦਾਂ ਭੇਜਣੀ ਆ ਪਤਾ ਵੀ ਨਹੀਂ ਸੀਗਾ ਕੀ ਕਰਨਾ ਕੀ ਅਪਰੋਚ ਆ ਤੇ ਜਦੋਂ ਤੁਸੀਂ ਪੈਂਦੇ ਆ ਕੰਮ 'ਚ ਫਿਰ ਹੀ ਤੁਹਾਨੂੰ ਪਤਾ ਲੱਗਦਾ ਕਿ ਕਿੱਥੇ ਗਲਤੀਆਂ ਕੀਤੀਆਂ ਕਿੱਥੇ ਵਧੀਆ ਰਹਿ ਗਿਆ ਆਪਣਾ ਸੋ ਕਾਫ਼ੀ ਪਹਿਲਾਂ ਤਾਂ ਦੋਸਤਾਂ ਸੱਜਣਾਂ ਮਿੱਤਰਾਂ ਦੀ ਸਪੋਰਟ ਰਹੀ ਆ ਕਾਫ਼ੀ ਜ਼ਿਆਦਾ ਲੋਕ ਜਿਹੜੇ ਹੈਲਪਫੁਲ ਟੱਕਰੇ ਜਿਹੜੇ ਪਹਿਲਾਂ ਵੀ ਦੱਸਿਆ ਸੀਗਾ ਜੰਗ ਸਿੰਘ ਬਦੇਸੇ ਉਹਨਾਂ ਨੇ ਬਹੁਤ ਜ਼ਿਆਦਾ ਵੱਧ ਕੇ ਹੈਲਪ ਕੀਤੀ ਅੱਗੋਂ ਉਹਨਾਂ ਦੇ ਨੈੱਟਵਰਕ ਕਾਫ਼ੀ ਵੱਡਾ ਸੀਗਾ ਕਾਫ਼ੀ ਲੋਕਾਂ ਨੇ ਜਿਹੜੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਤੋਂ ਕਾਫ਼ੀ ਜ਼ਿਆਦਾ ਜਿਹੜੇ ਜਣਾਂ ਨੇ ਹੱਥ ਫੜ ਲਿਆ ਆਪਣਾ ਅਤੇ ਪਹਿਲਾਂ ਪਲੈਨ ਸੀਗਾ ਕਿ ਜਿਹੜੀਆਂ ਡੈੱਡ ਬੋਡੀਜ਼ ਆ ਉਹ ਕੈਲੀਫੋਰਨੀਆ ਲੈ ਕੇ ਆਉਣੀਆਂ ਅਤੇ ਫਿਰ ਇੱਥੋਂ ਦੀ ਜਿਹੜਾ ਸ਼ਿਪ ਕਰਨਾ ਸੋ ਸਾਨੂੰ ਇੱਦਾਂ ਲੱਗਦਾ ਸੀਗਾ ਕਿ ਅੰਬੈਸੀ ਨਾਲ ਡੀਲ ਕਰਨਾ ਸੈਨ ਫ੍ਰਾਂਸਿਸਕੋ ਕੌਂਸਲੇਟ ਨਾਲ ਅਤੇ ਫਿਰ ਇੱਥੋਂ ਦੀ ਬੋਡੀਆਂ ਜਿਹੜੀਆਂ ਉਹ ਸ਼ਿਪ ਹੋ ਜਾਣੀਆਂ ਇੰਡੀਆ ਅਤੇ ਜਦੋਂ ਆਪਾਂ ਹੁਣ ਪ੍ਰੋਸੈਸ ਦੇ ਵਿੱਚ ਪਏ ਪਹਿਲਾਂ ਉਹਦੇ ਹਿਸਾਬ ਨਾਲ ਤਿਆਰੀ ਸੀਗੀ ਕਿ ਕੈਸਕਟ ਦੇ ਵਿੱਚ ਉਰੇ ਆਊਗੀਆਂ ਲੋਕ ਅਤੇ ਉਹ ਕੈਸਕਟ ਵੀ ਥੋੜ੍ਹਾ ਸ਼ਾਇਦ ਡਿਫਰੈਂਟ ਹੁੰਦਾ ਜਦੋਂ ਤੁਸੀਂ ਇੱਕ ਸਟੇਟ ਤੋਂ ਦੂਜੀ ਸਟੇਟ 'ਤੇ ਕਰਦੇ ਹਾਂ ਅਤੇ ਸਾਨੂੰ ਫਿਰ ਮਿਡਵੇ ਵਿੱਚ ਪਤਾ ਲੱਗਾ ਕਿ ਜਿਹੜਾ ਕੌਂਸਲੇਟ ਦਾ ਜੁਰਿਸਡਿਕਸ਼ਨ ਹੁੰਦਾ ਉਹ ਇਹਦੇ ਕੇਸ ਦੇ ਵਿੱਚ ਹਿਊਸਟਨ ਦਾ ਪੈਣਾ ਠੀਕ ਹੈ ਅਤੇ ਪਹਿਲਾਂ ਉਹ ਚੀਜ਼ ਪਤਾ ਨਹੀਂ ਸੀਗੀ ਅਤੇ ਸੈਨ ਫ੍ਰਾਂਸਿਸਕੋ ਕੌਂਸਲੇਟ ਵੀ ਕਾਫ਼ੀ ਜ਼ਿਆਦਾ ਕੋਆਪਰੇਟਿੰਗ ਸੀਗਾ ਅਤੇ ਉਹਨਾਂ ਨੇ ਹਿਊਸਟਨ ਵਾਲਿਆਂ ਨੂੰ ਵੀ ਅੱਗੇ ਅਤੇ ਕੌਂਸਲੇਟ ਨੇ ਤਾਂ ਕਿਹਾ ਸੀਗਾ ਕਿ ਇੱਕ ਦਿਨ 'ਚ ਹੀ ਜਿਹੜਾ ਹੈਲਪ ਕਰ ਦਾਂਗੇ ਜਦੋਂ ਤੁਸੀਂ ਪੇਪਰ ਭੇਜਦੇ ਹਾਂ ਉਸੇ ਦਿਨ ਆਪਾਂ ਜਿਹੜਾ ਮਨਜ਼ੂਰੀ ਜਿਹੜੀ ਆਪਣੀ ਦੇ ਦਿੰਦੇ ਹਾਂ ਅਤੇ ਰੱਬ ਕਰੇ ਇਹੋ ਜਿਹਾ ਭਾਣਾ ਵਾਪਰੇ ਨਾ ਕਿਸੇ ਨਾਲ ਪਰ ਨੌਲੇਜ ਜਿਹੜੀ ਇਹਦੇ ਵਿੱਚ ਸ਼ੇਅਰ ਕਰਨ ਵਾਲੀ ਇਹ ਸੀਗੀ ਕਿ ਜਦੋਂ ਪਹਿਲਾਂ ਤੁਹਾਡਾ ਐਕਸੀਡੈਂਟ ਹੁੰਦਾ ਹੈ ਨਾ ਕਿਸੇ ਵੀ ਸਟੇਟ ਦੇ ਵਿੱਚ ਉੱਥੇ ਇਨਵੈਸਟੀਗੇਸ਼ਨ ਵਗੈਰਾ ਪੁਲਿਸ ਆਪਣੀ ਜਿਹੜੀ ਕਰਦੀ ਆ ਉਹਨਾਂ ਨੇ ਕਾਫ਼ੀ ਜਿਹੜਾ ਪਹਿਲਾਂ ਤਾਂ ਟਾਈਮ ਲਗਾ ਦਿੱਤਾ ਆਪਣਾ ਇੱਕ ਬੋਡੀ ਆਈਡੈਂਟੀਫਾਈ ਨਹੀਂ ਹੋ ਰਹੀ ਸੀ ਕਿਉਂਕਿ ਐਕਸੀਡੈਂਟ ਵੀ ਬਹੁਤ ਜ਼ਿਆਦਾ ਜਿਹੜਾ ਬੁਰਾ ਸੀਗਾ ਅਤੇ ਉਹਨਾਂ ਨੇ ਸਾਡੇ ਕੋਲ ਜਿਹੜੇ ਫਿੰਗਰ ਪ੍ਰਿੰਟ ਵਗੈਰਾ ਮੈਚ ਉਹ ਲੱਕੀਲੀ ਦੋਨਾਂ ਨੇ ਦਿੱਤੇ ਹੋਏ ਸੀਗੇ ਫਿੰਗਰ ਪ੍ਰਿੰਟ ਇਮੀਗ੍ਰੇਸ਼ਨ ਪਰਪਸ ਲਈ ਵਰਕ ਪਰਮਿਟ ਲਈ ਉਹਨਾਂ ਨਾਲ ਕਾਫ਼ੀ ਜਿਹੜੀ ਹੈਲਪ ਹੋ ਜਾਂਦੀ ਹੈ FBI ਡੇਟਾਬੇਸ ਨਾ ਉਹ ਮੈਚ ਹੋ ਗਏ ਸੀਗੇ ਅਤੇ ਉੱਥੋਂ ਅਤੇ ਕਾਫ਼ੀ ਉਹਨਾਂ ਨੇ ਟੈਟੂ ਵਗੈਰਾ ਦੀਆਂ ਫੋਟੋਜ਼ ਵਗੈਰਾ ID ਮਾਰਕਰ ਜਿਹੜੇ ਸੀਗੇ ਉਹ ਮੰਗੇ ਸੀਗੇ ਪਰ ਉਹਨਾਂ ਨੇ ਫਿਰ ਵੀ ਜਿਹੜਾ ਸੀਗਾ ਡੈੱਡ ਬੋਡੀ ਰਿਲੀਜ਼ ਕਰਨ ਲਈ ਟਾਈਮ ਲਗਾ ਦਿੱਤਾ ਕੋਰਨਰਸ ਆਫਿਸ ਨੇ ਅਤੇ ਉਸ ਤੋਂ ਬਾਅਦ ਨਿਊ ਮੈਕਸੀਕੋ ਦੇ ਫਿਊਨਰਲ ਹੋਮ 'ਚ ਫਿਰ ਬੋਡੀਆਂ ਗਈਆਂ ਉੱਥੇ ਉਹਨਾਂ ਨੇ ਫਿਰ ਐਨਬੋਮਿੰਗ ਹੁੰਦਾ ਇੱਕ ਪ੍ਰੋਸੈਸ ਕਿ ਉਹਨੂੰ ਉਹ ਆਪਣੇ ਕੈਮੀਕਲ ਵਗੈਰਾ ਰਨ ਕਰਕੇ ਉਹਨੂੰ ਪ੍ਰਿਜ਼ਰਵ ਕਰਦੇ ਬੋਡੀ ਨੂੰ ਅਤੇ ਪਹਿਲਾਂ ਪਲਾਨ ਸੀਗਾ ਕਿ ਉੱਥੋਂ ਦੀ ਉਰੇ ਲਿਆਉਣੀ ਆ ਕੈਲੀਫੋਰਨੀਆ ਦੇ ਵਿੱਚ ਅਤੇ ਕੈਲੀਫੋਰਨੀਆ ਦੇ ਵਿੱਚ ਸਾਨੂੰ ਫਿਰ ਬਾਅਦ 'ਚ ਰਿਅਲਾਈਜ਼ ਹੋਇਆ ਕਿ ਇੱਥੇ ਹੋਰ ਜ਼ਿਆਦਾ ਡਿਲੇਅ ਜਿਹੜਾ ਹੋ ਜਾਣਾ ਕੈਲੀਫੋਰਨੀਆ ਲਿਆਉਣ ਦਾ ਕੋਈ ਫਾਇਦਾ ਨਹੀਂ ਹੋਣਾ ਅਤੇ ਸਾਡਾ ਪਹਿਲਾਂ ਥੋਟ ਪ੍ਰੋਸੈਸ ਇਹੀ ਸੀਗਾ ਕਿ ਆਪਾਂ ਸਾਰੇ ਕੈਲੀਫੋਰਨੀਆ 'ਚ ਇੱਥੇ
ਥੋੜਾ ਜਿਹਾ ਈਜ਼ੀ ਹੋ ਜਾਊਗਾ ਸਾਰਿਆਂ ਲਈ, ਨੱਠ ਭੱਜ ਕਰਨੀ ਈਜ਼ੀ ਹੋ ਜਾਊਗੀ, ਤੇ ਰਿਲੇਟਿਵ ਵਗੈਰਾ ਜਿਹੜੇ ਸੀਗੇ ਇੱਥੇ ਸਾਰੇ ਕਜ਼ਨ ਕੁਜ਼ਨ ਜਿਹੜੇ ਆਪਣੇ ਉਰੇ ਸੀਗੇ ਸੈਨੋਜ਼ੇ, ਤੇ ਇਕੱਠੇ ਆਪਾਂ ਤਾਂ ਹੋਏ ਸੀਗੇ ਕਿ ਦੇਖੋ ਕੋਈ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਵੀ ਹੱਥ ਪੈਰ ਮਾਰਨਾ ਪੈਂਦਾ ਸਾਡੇ ਲਈ ਈਜ਼ੀ ਆ, ਹੈ ਨਾ। ਤੇ ਫਿਰ ਮੁੜ ਕੇ ਜਦੋਂ ਆ ਸਾਰਾ ਸੁਣਿਆ, ਕੌਂਸਲੇਟ ਨਾਲ ਕੋਆਰਡੀਨੇਸ਼ਨ ਹੋ ਗਿਆ, ਤੇ ਵਾਪਸ ਆਪਾਂ ਨਿਊ ਮੈਕਸੀ ਕੈਲੀਫੋਰਨੀਆ ਦੇ ਵਿੱਚ, ਸਾਨੂੰ ਟਾਈਮ ਲਾਈਨ ਬਹੁਤ ਜ਼ਿਆਦਾ ਜਿਹੜੀ ਦੇ ਰਹੇ ਸੀਗੇ, 6 ਹਫ਼ਤੇ ਤੋਂ ਕਹਿੰਦੇ 8 ਹਫ਼ਤੇ ਲੱਗਣੇ ਆ ਜਦੋਂ ਕੈਲੀਫੋਰਨੀਆ ਬੋਡੀਆਂ ਆ ਗਈਆਂ। ਠੀਕ ਹੈ। ਤੇ ਫਿਰ ਉਹਨਾਂ ਨੂੰ ਨਿਊ ਮੈਕਸੀਕੋ ਵਾਲਿਆਂ ਨੂੰ ਵਾਪਸ ਕੀਤਾ ਕੰਟੈਕਟ, ਤੇ ਉਹ ਕਹਿੰਦਾ ਸਾਰਾ ਰੈਡੀ ਆ ਆਲਰੇਡੀ, ਤੇ ਕੈਸਕਟ ਵਗੈਰਾ ਹੀ ਚੇਂਜ ਜਿਹੜੇ ਕਰਨੇ ਆ। ਤੇ ਫਿਰ ਆਪਾਂ ਇਹੀ ਸੋਚਿਆ ਕਿ ਕੈਲੀਫੋਰਨੀਆ ਨੂੰ ਪਾ ਕੇ ਕੋਈ ਫਾਇਦਾ ਨਹੀਂ ਹੋਣਾ ਸੀਗਾ ਵਿੱਚ, ਤੇ ਜਿਹੜੀ ਸਟੇਟ ਦੇ ਵਿੱਚ ਹੋਇਆ ਵਾ ਉੱਥੋਂ ਹੀ ਜਿਹੜੀ ਡਾਇਰੈਕਟ ਆ ਉਹ ਸ਼ਿਪ ਕੀਤੀ ਜਾਵੇ। ਸੋ ਜਿਹੜਾ ਫਿਊਨਰਲ ਹੋਮ ਸੀਗਾ ਉਹ ਤੁਹਾਨੂੰ ਸਰਟੀਫਿਕੇਟ ਵਗੈਰਾ ਸਾਰੇ ਬਣਾ ਦਿੰਦਾ ਵਾ ਡੈਡ ਬੋਡੀ ਦੇ ਰਿਲੇਟਡ, ਠੀਕ ਹੈ ਜੀ। ਐਨਵਾਇਰਮੈਂਟ ਸਰਟੀਫਿਕੇਟ ਹੁੰਦਾ, ਐਫੀਡੈਵਿਟ ਵਗੈਰਾ ਉਹਨਾਂ ਦੇ ਹੁੰਦੇ ਆ, ਡੈਥ ਸਰਟੀਫਿਕੇਟ ਵਗੈਰਾ ਉਹੀ ਜਿਹੜੇ ਲੈ ਲੈਂਦੇ ਆ, ਤੇ ਟ੍ਰਾਂਜ਼ਿਟ ਪਰਮਿਟ, ਬਰੀਅਲ ਪਰਮਿਟ, ਉਹ ਸਾਰਾ ਜਿਹੜਾ ਫਿਊਨਰਲ ਹੋਮ ਤੁਹਾਨੂੰ ਸਰਟੀਫਿਕੇਟ ਵਗੈਰਾ ਲੈ ਦਿੰਦਾ, ਤੇ ਜਿਹੜਾ ਕੌਂਸਲੇਟ ਹੁੰਦਾ ਉਹਨੇ ਤੁਹਾਨੂੰ ਨੋ ਓਬਜੈਕਸ਼ਨ ਸਰਟੀਫਿਕੇਟ ਜਿਹੜਾ ਦੇਣਾ ਹੁੰਦਾ। ਤੇ ਇਹ ਫਰਾਈਡੇ ਨੂੰ ਸਾਡੇ ਕੋਲ ਸਾਰੇ ਜਿਹੜੇ ਡਾਕੂਮੈਂਟ ਸੀਗੇ ਆ ਗਏ ਸੀਗੇ ਫਿਊਨਰਲ ਹੋਮ ਤੋਂ, ਤੇ ਆਪਾਂ ਅੰਬੈਸੀ ਵਾਲਿਆਂ ਨੂੰ, ਇੰਡੀਅਨ ਅੰਬੈਸੀ ਨੂੰ ਭੇਜਤੇ ਸੀਗੇ ਹਿਊਸਟਨ, ਉਹਨਾਂ ਨੂੰ ਹੁਣ ਸੋਮਵਾਰ ਮੰਗਲਵਾਰ ਤੱਕ ਮਿਲ ਜਾਣੇ ਆ, ਉਹਨਾਂ ਨੇ ਫਿਰ ਨੋ ਓਬਜੈਕਸ਼ਨ ਆਪਣਾ ਸਰਟੀਫਿਕੇਟ ਦੇ ਦੇਣਾ, ਵਾਪਸ ਫਿਰ ਸਾਨੂੰ ਭੇਜੂਗੇ, ਤੇ ਫਿਰ ਆਪਾਂ ਉਹੀ ਸਾਰੇ ਡਾਕੂਮੈਂਟ ਜਿਹੜੇ ਫਿਊਨਰਲ ਹੋਮ ਨੂੰ ਭੇਜਾਂਗੇ। ਤੇ ਫਿਊਨਰਲ ਹੋਮ ਵਾਲੇ ਫਿਰ ਅੱਗੇ ਕੀ ਕਰਦੇ ਆ ਕਿ ਜਿਹੜੇ ਜਿੱਦਾਂ ਟਰੈਵਲ ਏਜੰਟ ਹੁੰਦੇ ਆ, ਇੱਦਾਂ ਫਲਾਈਟਾਂ ਬੁੱਕ ਹੁੰਦੀਆਂ ਹੁੰਦੀਆਂ ਡੈਡ ਬੋਡੀ ਪਹੁੰਚਾਉਣ ਵਾਸਤੇ, ਤੇ ਜਿਹੜੇ ਇੰਟਰਨੈਸ਼ਨਲ ਸ਼ਿਪ ਕਰਦੇ ਆ ਉਹਦੇ ਹੋਰ ਥੋੜ੍ਹੀ ਜਿਹੀ ਰਿਕੁਆਇਰਮੈਂਟ ਹੁੰਦੀ ਆ, ਬੈਗ ਬੈਗ ਵਗੈਰਾ ਪੈਕੇਜ ਵਗੈਰਾ ਡਿਫਰੈਂਟ ਹੁੰਦੇ ਆ। ਠੀਕ ਹੈ। ਤੇ ਉਹ ਕਹਿੰਦਾ ਕਿ ਫਿਰ ਬਾਹਲਾ ਟਾਈਮ ਨਹੀਂ ਲੱਗਣਾ, ਸੋ ਉਮੀਦ ਆ ਕਿ 10 ਮੰਡੇ ਤੋਂ ਟਿਊਜ਼ਡੇ ਤੱਕ ਜੇ ਅੰਬੈਸੀ ਸਾਨੂੰ NOC ਦੇ ਦਿੰਦੀ ਆ, ਤੇ ਫਿਰ 10 ਕੁ ਦਿਨਾਂ 'ਚ ਜਿਹੜੀਆਂ ਬੋਡੀਜ਼ ਆ ਉਹ ਪਹੁੰਚ ਜੂਗੀਆਂ ਜੀ। ਸੋ ਬਿਲਕੁਲ, ਇਹ ਬਹੁਤ ਮੰਦਭਾਗਾ ਹਾਦਸਾ, ਪਿੱਛੇ ਪਰਿਵਾਰ ਦਾ ਵੀ ਬੜਾ ਔਖਾ ਆ ਜੋ ਕਿ ਲਾਸਟ ਰਾਈਡਸ ਕਰਨ ਦੇ ਲਈ ਇੰਤਜ਼ਾਰ ਕਰ ਰਹੇ ਆ, ਵੇਟ ਕਰ ਰਹੇ ਆ। ਨੌਜਵਾਨ ਮੁੰਡੇ ਸੀਗੇ, ਚੜ੍ਹਦੀ ਉਮਰ ਦੇ ਵਿੱਚ, ਮਿਹਨਤ ਕਾਸ਼ੀ ਮੁੰਡੇ ਸੀਗੇ, ਅਤੇ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ, ਤੁਹਾਨੂੰ ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਇਹੀ ਅਰਦਾਸ ਬੇਨਤੀ ਆ ਪਰਮਾਤਮਾ ਅੱਗੇ ਕਰਦੇ ਹਾਂ, ਰੱਬ ਨਾ ਕਰੇ ਕਿਸੇ ਨੂੰ ਅਜਿਹਾ ਦਿਨ ਕਦੀ ਜਿਹੜਾ ਉਹ ਦੇਖਣਾ ਪਵੇ। ਪਰ ਇਹ ਭਾਣੇ ਆ, ਇਹ ਇੱਦਾਂ ਦੁੱਖ ਸੁੱਖ ਜਿਹੜੇ ਆ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਆ, ਇੱਕ ਦੂਜੇ ਦੇ ਨਾਲ ਹਮਦਰਦ ਬਣ ਕੇ, ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹੀ ਇਹਨਾਂ ਦੁੱਖਾਂ ਨੂੰ ਜਿਹੜਾ ਉਹ ਘਟਾਇਆ ਜਾ ਸਕਦਾ ਹੈ। ਸੋ ਹੋਪਫੁਲੀ ਇਹਦੇ ਨਾਲ ਪਰਿਵਾਰ ਨੂੰ ਵੀ ਜਿਹੜਾ ਇੱਕ ਕਲੋਜ਼ਰ ਆ ਉਹ ਜਿਹੜਾ ਉਹ ਮਿਲੇ, ਅਤੇ ਪਰਮਾਤਮਾ ਉਹਨਾਂ ਨੂੰ ਚਰਨਾਂ 'ਚ, ਉਹਨਾਂ ਦੋਨਾਂ ਮੁੰਡਿਆਂ ਦੀਆਂ ਆਤਮਾਵਾਂ ਨੂੰ ਚਰਨਾਂ 'ਚ ਨਿਵਾਸ ਬਖਸ਼ੇ, ਅਤੇ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਤੇ ਜੀ ਇਹਦੇ ਵਿੱਚ ਇਹ ਚੀਜ਼ ਇਹ ਸੀਗੀ ਕਿ ਜਿਹੜੀਆਂ ਨਾ ਦੋ ਚੀਜ਼ਾਂ, ਇੱਕ ਤਾਂ ਪਾਸਪੋਰਟ, ਲੱਕੀਲੀ ਦੋਨੋਂ ਮੁੰਡਿਆਂ ਦੇ ਪਾਸਪੋਰਟ ਸੀਗੇ, ਓਰਿਜਨਲ ਸੀਗੇ। ਠੀਕ ਹੈ ਜੀ। ਉਹਨਾਂ ਬਹੁਤ ਹੈਲਪ ਹੋ ਗਈ, ਮਤਲਬ ਕਿ ਓਰਿਜਨਲ ਪਾਸਪੋਰਟ ਦੀ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਜਿਹੜੀ ਵੈਲਿਊ ਸੀਗੀ ਸਾਰਾ ਪ੍ਰੋਸੈਸ ਨੈਵੀਗੇਟ ਕਰਨ 'ਚ। ਤੇ ਦੋ ਜਿਹੜੀਆਂ ਪਾਸਪੋਰਟ ਫੋਟੋ ਚਾਹੀਦੀਆਂ ਸੀਗੀਆਂ, ਤੇ ਉਹ ਲੱਕੀਲੀ ਜਿਹੜਾ ਸੀਗਾ ਕਿ ਵਰਕ ਪਰਮਿਟ ਵਗੈਰਾ ਕਰਕੇ ਨਾ ਖਿੱਚੀਆਂ ਪਈਆਂ ਸੀਗੀਆਂ ਲੇਟੈਸਟ, ਤੇ ਉਹ ਜੇ ਪਾਸਪੋਰਟ ਜਾਂ ਫੋਟੋ ਵਗੈਰਾ ਨਾ ਹੁੰਦੀ ਤਾਂ ਹੋਰ ਜ਼ਿਆਦਾ ਜਿਹੜਾ ਕਹਿ ਲਓ ਡਿਲੇ ਪੈਣਾ ਸੀ ਪੈਣਾ ਸੀਗਾ। ਸੋ ਉਹਦੇ ਕਰਕੇ ਕਾਫੀ ਜਿਹੜਾ ਟਾਈਮ ਜਿਹੜਾ ਕਹਿ ਲਓ ਬਚ ਵੀ ਗਿਆ। ਸੋ ਯੂ ਨੈਵਰ ਨੋ ਕਿੱਥੇ ਕਦੋਂ ਕਿਹੜੀ ਚੀਜ਼ ਦੀ ਜਿਹੜੀ ਉਹ ਲੋੜ ਪੈ ਜਾਂਦੀ, ਕਿਹੜੀ ਚੀਜ਼ ਦਾ ਪਤਾ ਲੱਗਦਾ ਆ। ਹੈ ਤਾਂ ਇਹ ਟ੍ਰੈਜਡੀ, ਪਰ ਜਿੱਦਾਂ ਤੁਸੀਂ ਵੀ ਸ਼ੁਰੂਆਤ 'ਚ ਕਿਹਾ ਵੀ ਇਹਦੇ ਵਿੱਚੋਂ ਲਰਨ ਵੀ ਬੜਾ ਕੁਛ ਕਰਨ ਨੂੰ ਮਿਲਦਾ ਆ, ਸਿੱਖਣ ਨੂੰ ਬਹੁਤ ਕੁਛ ਮਿਲਦਾ ਆ। ਇਹ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਕਈ ਇੱਦਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਆ, ਰੱਬ ਨਾ ਕਰੇ ਅੱਗੇ ਕਿਤੇ ਹੋਵੇ। ਪਰ ਇਹ ਦੇਖੋ, ਦੁਨੀਆ ਦੀ ਸੱਚਾਈ ਆ, ਜਿਹੜਾ ਆਇਆ ਉਸਨੇ ਜਾਣਾ ਆ, ਪਤਾ ਨਹੀਂ ਕਿੱਦਾਂ ਜਿਹੜਾ ਉਹ ਚਲੇ ਜਾਣਾ। ਪਰ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਈ ਤਰੀਕੇ ਦੀਆਂ ਰੈੱਡ ਟੇਪਸ, ਇਹਨਾਂ ਪ੍ਰੋਸੈਸ ਦਾ ਜਿਹੜਾ ਪਤਾ ਲੱਗਦਾ। ਪਰ ਹੁਣ ਮੁੱਖ ਦੀ ਗੱਲ ਇਹ ਆ ਵੀ ਪਰਿਵਾਰ ਤੱਕ ਉਹਨਾਂ ਦੀਆਂ ਦੇਹਾਂ ਪਹੁੰਚਣ, ਅਤੇ ਉਹ ਆਪਣੇ ਜਿਹੜੇ ਅਖੀਰਲੀਆਂ ਰਸਮਾਂ ਉਹ ਉੱਥੇ ਪੂਰੀਆਂ ਕਰ ਸਕਣ। ਅਤੇ ਟਿਟਕਿਆਣਾ ਜੀ, ਸਾਡੀ ਸਾਰਿਆਂ ਦੀ ਪੂਰੀ ਹਮਦਰਦੀ ਆ ਤੁਹਾਡੇ ਨਾਲ, ਤੁਹਾਡੇ ਸਾਰੇ ਪਰਿਵਾਰ ਦੇ ਨਾਲ। ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇੱਥੇ ਜਿੰਨੇ ਵੀ ਆ, ਅਤੇ ਭਾਣਾ ਮੰਨਣ ਦਾ ਬਲ ਬਖਸ਼ੇ। ਅਤੇ ਆਈ ਨੋ ਹੈ ਤਾਂ ਹੁਣ ਟ੍ਰਾਂਜੀਸ਼ਨ ਆਪਾਂ ਨੂੰ ਕਰਨੀ ਪੈਣੀ ਆ, ਨਾਲ ਇਮੀਗ੍ਰੇਸ਼ਨ ਦਾ ਜਿਹੜਾ ਆਪਾਂ ਪ੍ਰੋਗਰਾਮ ਵੀ ਕਰਦੇ ਹਾਂ, ਇਮੀਗ੍ਰੇਸ਼ਨ ਦੀ ਵੀ ਜਿਹੜੀ ਉਹ ਗੱਲਬਾਤ ਕਰਾਂਗੇ। ਅਤੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹ ਦੱਸਦੇ ਜਾਈਏ
ਵੀ ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਅਸੀਂ ਪਹਿਲਾਂ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਅਤੇ ਅਟਰਨੀ ਟਿਰਕੇਣਾ ਜੀ, ਅੱਜ ਇਮੀਗ੍ਰੇਸ਼ਨ ਦੇ ਬਾਬਤ ਆਪਾਂ ਕਿਹੜੇ ਟੋਪਿਕ ਦੇ ਉੱਤੇ ਗੱਲਬਾਤ ਤੁਸੀਂ ਜਿਹੜੀ ਉਹ ਕਰੋਗੇ? ਅੱਜ ਦੀ ਆਪਾਂ ਕੰਸੋਲੀਡੇਟਿਡ ਜਿਹੜੇ ਕੇਸ ਹੁੰਦੇ ਆ ਉਹਨਾਂ ਬਾਰੇ ਗੱਲ ਕਰਾਂਗੇ। ਕੰਸੋਲੀਡੇਟਿਡ ਕੇਸ ਹੁੰਦੇ ਆ ਜਦੋਂ ਤੁਸੀਂ ਦੋ ਜਾਂ ਦੋ ਤੋਂ ਵੱਧ ਕੇਸਾਂ ਨੂੰ ਆਪਸ 'ਚ ਜੋੜ ਦਿੰਦੇ ਆ, ਇਕੱਠਾ ਕਰ ਦਿੰਦੇ ਆ, ਉਹਦੇ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ। ਸੋ ਜ਼ਰੂਰ ਦੱਸਿਓ ਸਭ ਤੋਂ ਪਹਿਲਾਂ ਵੀ ਇਹ ਦੋ ਕੇਸ ਜਿਹੜੇ ਜੁੜਦੇ ਆ ਕਿੱਦਾਂ ਆ, ਕਿਹਦੇ ਜੁੜ ਸਕਦੇ ਆ, ਕਿੱਦਾਂ ਜੋੜੇ ਜਾਂਦੇ ਆ, ਜਾਂ ਕੀ ਪ੍ਰੋਸੈਸ ਹੁੰਦਾ ਕੰਸੋਲੀਡੇਟਿਡ ਕੇਸ ਦਾ, ਕੀ ਮਤਲਬ? ਸੋ ਕੰਸੋਲੀਡੇਸ਼ਨ ਜਿਹੜਾ ਵਰਡ ਆ ਉਹਦਾ ਮਤਲਬ ਤਾਂ ਸਿੰਪਲ ਹੈਗਾ, ਇਕੱਠੇ ਕਰ ਦੇਣਾ। ਤੇ ਜਿਹੜੇ ਕੇਸ ਆ ਉਹ ਇੱਕ ਲੈਵਲ ਤੇ, ਭਾਵੇਂ ਉਹ ਅਸਾਈਲਮ ਆਫਿਸ ਦੇ ਵਿੱਚ ਪਏ ਆ, ਉੱਥੇ ਜਾ ਕੇ ਇਕੱਠੇ ਹੋ ਸਕਦੇ ਆ। ਤੇ ਅਸਾਈਲਮ ਕੇਸਾਂ ਬਾਰੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਜਾਂ ਉਹ ਇੱਕ ਕੋਰਟ ਦੇ ਮੂਹਰੇ ਜਿਹੜੇ ਚੱਲਦੇ ਪਏ ਆ ਤਾਂ ਉੱਥੇ ਉਹ ਕੰਸੋਲੀਡੇਟ ਹੋ ਸਕਦੇ ਆ। ਸੋ ਇਹਦੇ ਲਈ ਇਹ ਜ਼ਰੂਰੀ ਆ ਕਿ ਇੱਕੋ ਅਦਾਰੇ ਮੂਹਰੇ ਜਿਹੜੇ ਕੇਸ ਹੋਣੇ ਚਾਹੀਦੇ ਆ। ਫੋਰ ਐਗਜ਼ਾਮਪਲ, ਜਿਹੜਾ LA ਵਾਲਾ ਇਮੀਗ੍ਰੇਸ਼ਨ ਕੋਰਟ 'ਚ ਜੇ ਕੇਸ ਆ ਤੇ ਇੱਕ ਸੈਨ ਫਰਾਂਸਿਸਕੋ 'ਚ ਆ, ਉਹ ਕੇਸ ਇਕੱਠੇ ਨਹੀਂ ਹੋ ਸਕਦੇ, ਦੋਨੋਂ ਇੱਕੋ ਕੋਰਟ ਦੇ ਵਿੱਚ ਹੋਣੇ ਚਾਹੀਦੇ ਆ। ਤੇ ਮੰਨ ਲਓ ਹੁਣ ਇੱਕੋ ਕੋਰਟ ਦੇ ਵਿੱਚ ਆ ਗਏ ਦੋ ਅਲੱਗ ਅਲੱਗ ਜਿਹੜੇ ਜੱਜ ਆ, ਭਾਵੇਂ ਸੇਮ ਹੀ ਜੱਜ ਆ, ਤੁਸੀਂ ਉਹਨਾਂ ਨੂੰ ਮੋਸ਼ਨਾਂ ਪਾਉਂਦੇ ਆਪਣੀਆਂ, ਮੋਸ਼ਨ ਟੂ ਕੰਸੋਲੀਡੇਟ ਦੀ ਦੋਨਾਂ ਜੱਜਾਂ ਨੂੰ, ਤੇ ਫਿਰ ਤੁਸੀਂ ਉਹਨਾਂ ਨੂੰ ਦੱਸਦੇ ਆ ਕਿ ਕਿਹੜੇ ਵਾਲੇ ਜੱਜ ਮੂਹਰੇ ਤੁਸੀਂ ਪੇਸ਼ੀ ਜਿਹੜੀ ਕਰਨੀ ਆ। ਤੇ ਤੁਸੀਂ ਚੁਣਦੇ ਆ ਕਿ ਕਿਹੜਾ ਬੰਦਾ ਜਿਹੜਾ ਲੀਡ ਬਣੂਗਾ, ਮੇਨ ਬੰਦਾ ਬਣੂਗਾ, ਤੇ ਕਿਹੜਾ ਵਾਲਾ ਬੰਦਾ ਰਾਈਡਰ ਬਣੂਗਾ। ਤੇ ਉਹਨੂੰ ਕਹਿੰਦੇ ਤੁਸੀਂ ਕਿ ਕੰਸੋਲੀਡੇਸ਼ਨ, ਮੋਸ਼ਨ ਟੂ ਕੰਸੋਲੀਡੇਟ ਪਾ ਕੇ ਤੁਸੀਂ ਜਿਹੜੇ ਕੇਸਿਸ ਆ ਉਹ ਕੰਸੋਲੀਡੇਟ ਕਰਦੇ ਆ। ਜੀ ਜੀ, ਸੋ ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਰਾਈਡਰ ਦਾ, ਵੀ ਕੌਣ ਲੀਡ ਆ, ਕਿੱਦਾਂ ਕਿਵੇਂ ਆ, ਅਤੇ ਜਾਂ ਜਿੱਦਾਂ ਅਦਾਰਿਆਂ ਦੀ ਗੱਲ ਕੀਤੀ ਆ, ਸੋ ਕਿਹੜੇ ਕਿਹੜੇ ਅਦਾਰਿਆਂ ਦੇ ਵਿੱਚ ਕੰਸੋਲੀਡੇਸ਼ਨ ਅਲਾਊਡ ਹੁੰਦੀ ਆ? ਅਸਾਈਲਮ ਆਫਿਸ ਦੇ ਮੂਹਰੇ ਵੀ ਕੰਸੋਲੀਡੇਸ਼ਨ ਹੁੰਦੀ ਆ, ਕੋਰਟ ਮੂਹਰੇ ਵੀ ਕੰਸੋਲੀਡੇਸ਼ਨ ਹੁੰਦੀ ਆ, ਜਾਂ ਹੋਰ ਵੀ ਇਹਨਾਂ ਅਦਾਰਿਆਂ ਦੇ ਵਿੱਚ ਇਹ ਅਲਾਊਡ ਆ, ਜੇ ਕਿੱਦਾਂ, ਜੇ ਹੈ ਤਾਂ ਕਿੱਦਾਂ? ਹਾਂਜੀ ਬਿਲਕੁਲ। ਸੋ ਅਸਾਈਲਮ ਆਫਿਸ ਚ ਫੋਰ ਐਗਜ਼ਾਮਪਲ, ਪਹਿਲਾਂ ਤਾਂ ਸਵਾਲ ਇਹ ਆ ਗਿਆ ਕਿ ਕੰਸੋਲੀਡੇਟ ਕਰ ਕੌਣ ਸਕਦਾ ਕੇਸ, ਰਾਈਟ? ਠੀਕ ਹੈ, ਕੰਸੋਲੀਡੇਟ ਉਹਲੇ ਕੇਸ ਹੋ ਸਕਦੇ ਆ ਜਿਹਨਾਂ ਦੇ ਵਿੱਚ ਸੇਮ ਫੈਕਟ ਪੈਟਰਨ, ਜਿਹੜਾ ਇੱਕੋ ਫੈਮਿਲੀ ਚ ਜਦੋਂ ਬੰਦੇ ਹੁੰਦੇ ਆ ਤੇ ਉਹਨਾਂ ਨਾਲ ਹੱਡ ਬੀਤੀਆਂ ਹੁੰਦੀਆਂ, ਤੇ ਉਹ ਜਿਹੜਾ ਆਪਣਾ ਸਾਂਝੇ ਐਲੀਮੈਂਟ ਜਦੋਂ ਕੇਸ ਦੇ ਵਿੱਚ ਹੁੰਦੇ ਆ ਤੇ ਉਹਨਾਂ ਨੂੰ ਕੰਸੋਲੀਡੇਸ਼ਨ ਕਰਨ ਚ ਫਾਇਦਾ ਹੁੰਦਾ ਤੇ ਉਹ ਕੰਸੋਲੀਡੇਟ ਕਰ ਲੈਂਦੇ ਆ। ਕਾਫੀ ਕੇਸਾਂ ਦੇ ਵਿੱਚ ਜਿੱਦਾਂ ਪੂਰੀ ਫੈਮਿਲੀ ਦਾ ਕੇਸ, ਜਿੱਦਾਂ ਹਸਬੈਂਡ ਵਾਈਫ ਜਵਾਕ, ਉਹ ਤਾਂ ਨੈਚੁਰਲੀ ਐਜ਼ ਅ ਯੂਨਿਟ ਇਕੱਠੇ ਹੀ ਰਹਿੰਦੇ ਆ ਕੇਸ ਸਾਰੇ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਦੋ ਭਰਾ ਆ ਗਏ, ਹਨਾ, ਅਲੱਗ ਅਲੱਗ ਆਏ, ਅਲੱਗ ਅਲੱਗ ਟਾਈਮ ਸਟੈਂਪਾਂ ਤੇ ਆਏ, ਤੇ ਉਹਨਾਂ ਦਾ ਕੇਸ ਜਿਹੜਾ ਕੰਸੋਲੀਡੇਸ਼ਨ ਤੁਸੀਂ ਕਰ ਸਕਦੇ ਆ, ਕਿਉਂਕਿ ਉਹਦੇ ਵਿੱਚ ਵੀ ਕਾਫੀ ਜਿਹੜੇ ਸੇਮ ਐਲੀਮੈਂਟ ਰਹਿੰਦੇ ਆ, ਕਿਉਂਕਿ ਇੱਕੋ ਪਿੰਡ ਤੋਂ ਇੱਕੋ ਘਰੋਂ ਹਮਲਾਵਰ ਵੀ ਕਈਆਂ ਦੇ ਇੱਕੋ ਹੀ ਹੁੰਦੇ ਆ, ਤੇ ਉਹ ਜਿਹੜੇ ਕੇਸ ਆ ਤੁਸੀਂ ਕੰਸੋਲੀਡੇਟ ਵੇਰੀਅਸ ਰੀਜ਼ਨ ਕਰਕੇ, ਤੁਹਾਨੂੰ ਕਈ ਵਾਰੀ ਫਾਇਦਾ ਹੋ ਜਾਂਦਾ ਉਹਦਾ ਕੰਸੋਲੀਡੇਟ ਕਰਨ ਦਾ, ਕਈ ਵਾਰੀ ਨਹੀਂ ਵੀ ਫਾਇਦਾ ਹੁੰਦਾ ਕੰਸੋਲੀਡੇਟ ਕਰਨ ਦਾ। ਤੇ ਅਸਾਈਲਮ ਆਫਿਸ ਦਾ ਜਿਹੜਾ ਕੇਸ ਆ ਉਹ ਅਸਾਈਲਮ ਆਫਿਸ ਮੂਹਰੇ ਰਹੂਗਾ, ਏਦਾਂ ਨਹੀਂ ਹੋ ਸਕਦਾ ਕਿ ਇੱਕ ਭਰਾ ਅਸਾਈਲਮ ਆਫਿਸ ਮੂਹਰੇ ਆ, ਇੱਕ ਇਮੀਗ੍ਰੇਸ਼ਨ ਕੋਰਟ ਮੂਹਰੇ ਆ, ਉਹ ਕੇਸ ਨਹੀਂ ਕੰਸੋਲੀਡੇਟ ਹੋ ਸਕਦੇ। ਜਦੋਂ ਤੁਸੀਂ ਇੱਕੋ ਲੈਵਲ ਦੇ ਅਦਾਰੇ ਮੂਹਰੇ ਆ, ਮਤਲਬ ਫੋਰ ਐਗਜ਼ਾਮਪਲ ਜੇ ਸਾਰਿਆਂ ਦਾ ਅਸਾਈਲਮ ਆਫਿਸ ਦੇ ਵਿੱਚ ਆ ਤਾਂ ਤੁਸੀਂ ਉਹ ਕੇਸ ਜਿਹੜੇ ਇਕੱਠੇ ਕਰ ਸਕਦੇ ਆ। ਜੇ ਤੁਸੀਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਸਾਰੇ ਜਾਣੇ, ਤੇ ਇੱਕ ਪਹਿਲਾਂ ਤੁਹਾਨੂੰ ਮੂਵ ਕਰਾਉਣਾ ਪੈਣਾ ਵੈਨਿਊ ਜਿਹੜਾ, ਕਿ ਉਹ ਸੈਨ ਫਰਾਂਸਿਸਕੋ ਵੱਜੇ, ਸਾਰਿਆਂ ਨੂੰ ਸੇਮ ਹੋਵੇ ਜਾਂ ਸਾਰਿਆਂ ਨੂੰ LA ਇੱਕੋ ਕੋਰਟ ਹੋਣਾ ਚਾਹੀਦਾ, ਤੇ ਫਿਰ ਉਹਦੇ ਵਿੱਚ ਜਾ ਕੇ ਤੁਸੀਂ ਜੱਜ ਨੂੰ ਰਿਕੁਐਸਟ ਪਾ ਕੇ ਕੰਸੋਲੀਡੇਸ਼ਨ ਜਿਹੜੀ ਕਰ ਸਕਦੇ ਆ। ਮਰਜ਼ੀ ਇਹ ਦੋਨਾਂ ਜੱਜਾਂ ਦੀ ਆ ਕਿ ਉਹਨਾਂ ਨੇ ਕੇਸ ਕੰਸੋਲੀਡੇਟ ਕਰਨੇ ਆ ਕਿ ਨਹੀਂ ਕਰਨੇ ਆ। ਠੀਕ ਹੈ, ਸੋ ਇਹ ਕੌਣ ਕਰ ਸਕਦਾ ਹੈ ਤਾਂ ਜਿੱਦਾਂ ਤੁਸੀਂ ਦੱਸਿਆ, ਅਤੇ ਕਿਹਦੇ ਨਾਲ ਕੰਸੋਲੀਡੇਟ ਹੋ ਸਕਦਾ ਹੈ, ਕਿਹੜੇ ਰਿਲੇਸ਼ਨ ਵਾਲੇ ਦੇ ਨਾਲ, ਫਰੈਂਡਸ ਵੀ ਕਰ ਸਕਦੇ ਆ, ਜਿੱਦਾਂ ਤੁਸੀਂ ਕਿਹਾ ਵੀ ਸੇਮ ਪਿੰਡ ਵਾਲੇ ਜਾਂ ਸੇਮ ਜਿਹਦੇ ਕੋਲੋਂ ਕਹਿ ਲਓ ਵੀ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਪ੍ਰੋਸੀਕਿਊਸ਼ਨ ਕੀਤੀ ਆ, ਕਿ ਕਿਸ ਆਧਾਰ ਦੇ ਉੱਤੇ ਕੰਸੋਲੀਡੇਸ਼ਨ ਜਿਹੜੀ ਉਹ ਹੁੰਦੀ ਆ, ਰਿਲੇਸ਼ਨਸ਼ਿਪ ਬੇਸਡ ਆ, ਕਿਸ ਹਿਸਾਬ ਦੇ ਨਾਲ ਹੁੰਦੀ ਹੈ ਕੰਸੋਲੀਡੇਸ਼ਨ? ਰਿਲੇਸ਼ਨਸ਼ਿਪ ਬੇਸਿਸ ਤਾਂ ਮੋਸਟ ਲਾਈਕਲੀ ਉਹੀ, ਤਾਂਹੀਓ ਲੋਕੀ ਕੰਸੋਲੀਡੇਟ ਕਰਦੇ, ਹਨਾ, ਆਪਣਿਆਂ ਨਾਲ ਹੀ ਬੰਦਾ ਕੰਸੋਲੀਡੇਟ ਕਰੂਗਾ, ਦੂਜੇ ਨਾਲ ਤਾਂ ਕੋਈ ਬੰਦਾ ਆਪਣਾ ਉਹਲਾ ਰੱਖਣਾ ਚਾਹੁੰਦਾ ਕੇਸਾਂ ਦਾ। ਹਾਂਜੀ, ਤੇ ਮੇਨ ਜਿਹੜਾ ਬੇਸ ਉਹਦਾ ਇਹ ਹੁੰਦਾ ਕਿ ਫੋਰ ਐਗਜ਼ਾਮਪਲ ਕਿਸੇ ਦੇ ਪੋਲੀਟੀਕਲ ਓਪੀਨੀਅਨ ਵਾਲਾ ਕੇਸ ਆ, ਪੋਲੀਟੀਕਲ ਅਸਾਈਲਮ ਕੇਸ ਆ, ਤੇ ਮੰਨ ਲਓ ਕਿ ਇੱਕ ਭਰਾ ਆ ਗਿਆ 2018 ਚ ਤੇ ਇੱਕ ਆਇਆ 2020 ਦੇ ਵਿੱਚ, ਤੇ ਉਹਨਾਂ ਦੇ ਹੁਣ
ਦੋਨੋਂ ਜਦੋਂ ਇੱਥੇ ਆ ਗਏ ਤੇ ਉਸ ਤੋਂ ਬਾਅਦ ਵੀ ਪਿੱਛੇ ਗਤੀਵਿਧੀਆਂ ਚੱਲਦੀਆਂ ਰਹੀਆਂ, ਘਰੇ ਕਿਸੇ ਦਾ ਆਣ ਜਾਣਾ ਲੱਗਾ ਰਿਹਾ। ਹੁਣ ਜਦੋਂ ਉਹਦੇ ਮਾਪੇ ਨੇ ਐਫੀਡੈਵਿਟ ਦੇਣੇ ਆ ਕਿ ਪਹਿਲੇ ਭਰਾ ਬਾਰੇ ਕੀ ਗਤੀਵਿਧੀ ਚੱਲ ਰਹੀ ਹੈ, ਦੂਜੇ ਭਰਾ ਬਾਰੇ ਕੀ ਗਤੀਵਿਧੀ ਚੱਲ ਰਹੀ ਹੈ, ਸੋ ਮਾਪਿਆਂ ਨੂੰ ਦੋ ਦੋ ਸੈੱਟ ਜਿਹੜੇ ਦੇਣੇ ਪੈਣੇ ਆ, ਹੈ ਨਾ। ਕਿ ਤੇ ਕਈ ਵਾਰੀ ਐਵੇਂ ਹੋ ਸਕਦਾ ਕਿ ਉਹ ਜਿਹੜੇ ਬੰਦੇ ਹਮਲਾਵਰ ਵੀ ਕਈਆਂ ਦੇ ਇਕੱਠੇ ਹੁੰਦੇ ਆ ਕਿ ਸੇਮ ਗਤੀਵਿਧੀਆਂ, ਸੇਮ ਪੋਲੀਟੀਕਲ ਐਕਟੀਵਿਜ਼ਮ ਹੁੰਦਾ, ਤੇ ਉਹਦੇ ਵਿੱਚ ਫਿਰ ਇੱਦਾਂ ਕਿ ਕੰਸੋਲੀਡੇਸ਼ਨ ਕਰਨ ਦਾ ਇਹ ਫਾਇਦਾ ਹੁੰਦਾ ਕਿ ਜਿਹੜਾ ਪੇਪਰ ਵਰਕ ਤੁਹਾਡਾ ਹੁੰਦਾ ਉਹ ਸਾਰਾ ਇੱਕ ਯੂਨੀਫਾਰਮ ਹੋ ਜਾਂਦਾ, ਕਿ ਜਿੱਦਾਂ ਹੁਣ ਮਾਤਾ ਨੇ ਕੋਈ ਬਿਆਨ ਦੇਣਾ, ਉਹ ਇਕੱਠਾ ਹੀ ਦੋਨੋਂ ਮੁੰਡਿਆਂ ਦਾ ਆਪਣਾ ਜਿਹੜਾ ਲਿਖ ਸਕਦੀ ਹੈ, ਉਹਨੂੰ ਅਲੱਗ ਅਲੱਗ ਜਿਹੜੇ ਐਫੀਡੈਵਿਟ ਨਹੀਂ ਲਿਖਣੇ ਪੈਣੇ, ਕਨਫਿਊਜ਼ਿੰਗ ਨਹੀਂ ਹੁੰਦਾ ਤੇ ਉਹ ਕਲੀਨ ਰਹਿੰਦਾ। ਠੀਕ ਹੈ, ਤੇ ਓਬਵੀਅਸਲੀ ਫਿਰ ਜੇ ਭਰਾਵਾਂ ਭਰਾਵਾਂ ਦੇ ਆ ਤੇ ਸਪਾਊਸ ਵਾਲੇ ਵੀ ਫਿਰ ਇਕੱਠੇ ਹੁੰਦੇ ਆ। ਹਾਂਜੀ ਬਿਲਕੁਲ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਤੁਸੀਂ ਦੱਸਦੇ ਹੋ, ਤੇ ਇਸ ਦੇ ਵਿੱਚ ਅੱਗੇ ਨੈਕਸਟ ਫਿਰ ਕੀ ਪ੍ਰੋਸੈਸ ਹੁੰਦਾ ਆ ਕੰਸੋਲੀਡੇਸ਼ਨ ਕਰਨ ਦੇ ਲਈ? ਜਿੱਦਾਂ ਤੁਸੀਂ ਦੱਸਿਆ ਵੀ ਜੇ ਜੱਜ ਅਲਾਊ ਕਰਦੇ ਆ ਜਾਂ ਆਫਿਸ ਵਾਲੇ ਅਲਾਊ ਕਰਦੇ ਆ ਫਿਰ ਹੀ ਕੰਸੋਲੀਡੇਟ ਹੁੰਦਾ, ਦੈਨ ਵਟਸ ਦਾ ਨੈਕਸਟ ਪ੍ਰੋਸੈਸ? ਉਹਦੇ ਵਿੱਚ ਫਿਰ ਅੱਗੇ ਪ੍ਰੋਸੈਸ ਦੇ ਵਿੱਚ ਅਗਲੀ ਚੀਜ਼ ਕੀ ਹੁੰਦੀ ਆ? ਤੁਸੀਂ ਜਦੋਂ ਮੋਸ਼ਨ ਟੂ ਕੰਸੋਲੀਡੇਟ ਪਾਉਂਦੇ ਆ ਫਿਰ ਜੱਜ ਸਾਹਿਬ ਉੱਤੇ ਰੂਲ ਕਰਦੇ ਆ, ਤੇ ਜੇ ਦੋਨੋਂ ਜੱਜ ਗ੍ਰਾਂਟ ਕਰਦੇ ਹਨ ਤਾਂ ਫਿਰ ਕੇਸ ਤੁਹਾਡੇ ਇਕੱਠੇ ਹੋ ਜਾਂਦੇ ਆ, ਤੇ ਉਹ ਇਕੱਠਾ ਹੀ ਜਿਹੜਾ ਸਿੰਗਲ ਫਿਰ ਅਸਾਇਲਮ ਕੇਸ ਬਣ ਕੇ ਜਿਹੜਾ ਅੱਗੇ ਚੱਲਦਾ। ਤੋ ਹਰ ਵਾਰੀ ਫਿਰ ਜੇ ਕਿਤੇ ਪੇਸ਼ੀ ਹੁੰਦੀ ਹੈ ਜਾਂ ਮਾਸਟਰ ਜਾਂ ਜੋ ਵੀ, ਫਿਰ ਦੋਨਾਂ ਨੂੰ ਜਿੰਨੇ ਵੀ ਜਾਣਾ, ਜਿੰਨਿਆਂ ਦਾ ਵੀ ਇਕੱਠਾ, ਸਾਰਿਆਂ ਨੂੰ ਜਾਣਾ ਪੈਂਦਾ, ਸਾਰੇ ਇਕੱਠੇ ਜਾਂਦੇ ਫਿਰ। ਸੋ ਰਾਈਡਰ ਕੌਣ ਹੁੰਦਾ ਆ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਮੇਨ ਕੌਣ ਬਣਨਾ ਆ, ਕੌਣ ਕਿਹਦੇ ਨਾਲ ਅਟੈਚ ਕਰਨਾ ਆ, ਉਹ ਫਿਰ ਕਿੱਦਾਂ ਡਿਸਾਈਡ ਹੁੰਦਾ ਆ? ਉਹ ਆਪਸ ਦੇ ਵਿੱਚ ਉਹਨਾਂ ਦੀ ਸਲਾਹ ਤੋਂ ਬਾਅਦ ਹੁੰਦਾ ਆ ਜਾਂ ਕੋਈ ਹੋਰ ਵੀ ਕੋਈ ਪ੍ਰੋਸੈਸ ਆ? ਸਲਾਹ ਵੀ ਹੁੰਦੀ ਆ ਉਹਨਾਂ ਦੀ ਆਪਸ ਦੇ ਵਿੱਚ, ਕਈ ਫੈਕਟਰ ਤੁਸੀਂ ਦੇਖਦੇ ਆ ਕਿ ਜ਼ਿਆਦਾ ਵਧੀਆ ਬੁਲਾਰਾ ਕੌਣ, ਜ਼ਿਆਦਾ ਦੁਰਘਟਨਾ ਕਿਹਦੇ ਨਾਲ ਹੋਈ ਆ ਉਹ ਬੰਦੇ ਦਾ, ਮਤਲਬ ਕਿ ਜ਼ਿਆਦਾ ਕੰਟੈਂਟ ਕਿਹਦੇ ਕੋਲ ਹੈਗਾ, ਤੇ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਜ਼ਿਆਦਾ ਬੁਲਾਰਾ ਸਾਡੇ ਨਾਲ ਹੋਇਆ। ਹੁਣੇ ਰੀਸੈਂਟਲੀ ਸੀ, ਕੱਲ੍ਹ ਹੀ ਐਕਚੁਲੀ ਕੇਸ ਸੀਗਾ, ਤੇ ਇੱਕ ਭਰਾ ਜਿਹੜਾ ਸੀਗਾ ਵੱਡਾ ਵਾਲਾ, ਉਹ ਜ਼ਿਆਦਾ ਵਧੀਆ ਵਿਟਨੈਸ ਸੀਗਾ, ਕੋਨਫੀਡੈਂਸ ਉਹਦਾ ਜ਼ਿਆਦਾ ਸੀਗਾ ਕਈ ਕੁਛ, ਪਰ ਜਿਹੜਾ ਛੋਟਾ ਵਾਲਾ ਬਾਅਦ 'ਚ ਆਇਆ ਉਹਦੀ ਗਤੀਵਿਧੀ ਬਹੁਤ ਜ਼ਿਆਦਾ ਸੀਗੀ ਜਿਹੜੀ, ਕਿਉਂਕਿ ਉਹ ਬਾਅਦ 'ਚ ਆਇਆ ਸੀਗਾ, ਪਰੂਫ ਬਹੁਤ ਕੁਝ ਜ਼ਿਆਦਾ ਸੀਗਾ, ਤੇ ਪਰ ਉਹ ਵਿਟਨੈਸ ਵੀਕ ਸੀਗਾ। ਪਰ ਐਜ਼ ਅ ਸਟ੍ਰੈਟਜੀ ਉਹਦੇ ਵਿੱਚ ਆਪਾਂ ਜਿਹੜਾ ਛੋਟਾ ਵਾਲਾ ਸੀਗਾ ਉਹਨੂੰ ਲੀਡ ਬਣਾਇਆ, ਤੇ ਵੱਡੇ ਵਾਲੇ ਨੂੰ ਰਾਈਡਰ ਬਣਾਇਆ। ਠੀਕ ਹੈ, ਰਾਈਡਰ ਜਿਹੜਾ ਇਹ ਲੀਡ ਹੁੰਦਾ ਕਿ ਇੱਕ ਜਣੇ ਨੇ ਪਹਿਲਾਂ ਸਟਾਰਟ ਕਰਨਾ, ਸ਼ੁਰੂਆਤ ਕਰਨੀ, ਤੇ ਬਾਕੀ ਜਣੇ ਜਿਹੜੇ ਉਹ ਰਾਈਡਰ ਬਣ ਕੇ ਆਉਂਦੇ ਆ। ਠੀਕ ਹੈ, ਸੋ ਬਾਕੀ ਜਿਹੜੇ ਉਹਦੇ ਨਾਲ ਜਿਹੜੇ ਹੁੰਦੇ, ਇੱਕ ਜਿਹੜਾ ਮੇਨ ਆ। ਸੋ ਇਹ ਫਿਰ ਤੁਸੀਂ ਉਸ ਹਿਸਾਬ ਦੇ ਨਾਲ ਫਿਰ ਡਿਸਾਈਡ ਕਰਦੇ। ਹੁਣ ਇਹਨਾਂ ਕੇਸਿਸ ਦੇ ਵਿੱਚ ਇਹ ਵੀ ਹੁੰਦਾ ਹੋਣਾ ਕਿਸੇ ਦੀ ਤਰੀਕ ਚੱਲ ਰਹੀ ਆ, ਦੂਜਾ ਜਣਾ ਨਾਲ ਆ ਕੇ ਅਟੈਚ ਹੋ ਰਿਹਾ ਆ, ਉਹ ਮਾਮਲਿਆਂ ਦੇ ਵਿੱਚ ਫਿਰ ਕੀ ਬਣਦਾ ਆ? ਕਿ ਦੋਨਾਂ ਦੀ ਤਰੀਕ ਫਿਰ ਅੱਗੇ ਪੈ ਜਾਂਦੀ ਹੁੰਦੀ ਆ, ਜਾਂ ਉਹ ਸੇਮ ਤਰੀਕ ਦੇ ਉੱਤੇ ਦੂਜਾ ਵੀ ਨਾਲ ਜਿਹੜਾ ਉਹ ਫਿਰ ਜਾ ਸਕਦਾ ਹੁੰਦਾ? ਕਈ ਵਾਰੀ ਤਾਂ ਦੇਖੋ ਜੀ, ਕੋਰਟ ਤੁਹਾਨੂੰ ਫੋਰਸ ਕਰ ਦਿੰਦਾ ਕਿ ਕੰਸੋਲੀਡੇਸ਼ਨ ਕਰੋ। ਅੱਛਾ, ਠੀਕ ਆ, ਫੋਰਸ ਵੀ ਹੁੰਦਾ। ਸਰਕਾਰੀ ਵਕੀਲ ਵੀ ਉਹੀ ਕਹਿੰਦਾ ਕਿ ਨਹੀਂ, ਇਹਦੇ ਵਿੱਚ ਨਾ ਕੰਸੋਲੀਡੇਸ਼ਨ ਹੋਣੀ ਚਾਹੀਦੀ ਆ। ਫੋਰ ਐਗਜ਼ਾਮਪਲ, ਇੱਕ ਬੰਦਾ ਆਇਆ ਜੇ ਉਹਦੇ ਆਪਣੇ ਕੋਈ ਇੰਨਾ ਕੁਛ ਖਾਸ ਹੋਇਆ ਨਹੀਂ, ਪਰ ਉਹ ਤੋਂ ਜਦੋਂ ਪੁੱਛਿਆ ਜਾ ਰਿਹਾ ਕਿ ਕਿਸੇ ਨੂੰ ਨੁਕਸਾਨ ਹੋਇਆ, ਤੇ ਉਹ ਆਪਣੇ ਭਰਾ ਬਾਰੇ ਗੱਲ ਕਰ ਰਿਹਾ ਕਿ ਮੇਰੇ ਭਰਾ ਨਾਲ ਇੱਦਾਂ ਹੋਇਆ, ਹੈ ਨਾ। ਤੇ ਮਤਲਬ ਕਿ ਜਿੱਦਾਂ ਹੁਣ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਵੱਡੇ ਨਾ ਇੰਨਾ ਸੀਗਾ ਨਹੀਂ, ਤੇ ਛੋਟੇ ਨਾਲ ਜ਼ਿਆਦਾ ਜਿਹੜਾ ਪੋਲੀਟੀਕਲ ਐਕਟਿਵਿਜ਼ਮ ਉਹਦਾ ਸੀਗਾ, ਜ਼ਿਆਦਾ ਐਕਟੀਵਿਟੀ ਸੀਗੀ। ਤੋ ਸਰਕਾਰੀ ਵਕੀਲ ਕਈ ਵਾਰੀ ਆਪ ਹੀ ਕਹਿ ਦਿੰਦਾ ਕਿ ਤੇਰਾ ਭਰਾ ਵੀ ਇੱਥੇ ਆ, ਉਹਦਾ ਵੀ ਕੇਸ ਚੱਲਦਾ, ਤੇ ਬਜਾਏ ਆਪਾਂ ਤੇਰੇ ਮੂੰਹੋਂ ਸੁਣੀਏ ਕਿ ਉਹਨਾਂ ਕੀ ਹੋਇਆ, ਆਪਾਂ ਉਹਨੂੰ ਉਹਦੇ ਮੂੰਹੋਂ ਕਿਉਂ ਨਹੀਂ ਸੁਣ ਲੈਂਦੇ ਹਾਂ। ਤੇ ਕਈ ਵਾਰੀ ਤਾਂ ਜਿਹੜਾ ਕੋਰਟ ਆ ਉਹ ਤੁਹਾਨੂੰ ਫੋਰਸ ਕਰਦਾ ਕਿ ਕੰਸੋਲੀਡੇਸ਼ਨ ਕਰੋ। ਲੀਗਲੀ ਉਹ ਕਰ ਨਹੀਂ ਸਕਦੇ ਜੇ ਬੰਦਾ ਪ੍ਰਾਈਵੇਸੀ ਵੇਵਰ ਨਾ ਦੇਵੇ। ਇਹਦੇ ਵਿੱਚ ਇੱਕ ਪ੍ਰਾਈਵੇਸੀ ਵੇਵਰ ਲੱਗਣਾ ਹੁੰਦਾ ਕਿ ਮੈਨੂੰ ਕੋਈ ਓਬਜੈਕਸ਼ਨ ਨਹੀਂ, ਹੈ ਨਾ। ਤੇ ਤੁਸੀਂ ਕੋਰਟ ਨੂੰ ਓਬਜੈਕਟ ਕਰ ਸਕਦੇ ਆ ਕਿ ਕਿਉਂ ਆਪਾਂ ਨੂੰ ਕੰਸੋਲੀਡੇਸ਼ਨ ਨਹੀਂ ਚਾਹੀਦੀ ਹੈ, ਤੇ ਆਪਣੇ ਰੀਜ਼ਨ ਦੇ ਸਕਦੇ ਆ। ਤੇ ਕਈ ਵਾਰੀ ਜਿਹੜਾ ਕੀ ਹੁੰਦਾ ਕਿ ਜੇ ਕੰਸੋਲੀਡੇਸ਼ਨ ਨਹੀਂ ਹੁੰਦੀ ਤੇ ਕੋਰਟ ਕਹਿੰਦਾ ਕਿ ਤੁਸੀਂ ਇਹਨੂੰ ਵਿਟਨੈਸ ਕਿਉਂ ਨਹੀਂ ਸੱਦਿਆ, ਕਿ ਜੇ ਬੰਦਾ ਅਮਰੀਕਾ 'ਚ ਮੌਜੂਦ ਆ, ਉਹਨੇ ਐਫੀਡੈਵਿਟ ਆਪਣਾ ਲਿਖ ਕੇ ਦਿੱਤਾ ਤੇ ਉਹਦੇ ਵੀ ਸੇਮ ਆ, ਤੇ ਉਹ ਕੋਰਟ ਦੇ ਵਿੱਚ ਅੱਜ ਕਿਉਂ ਨਹੀਂ ਆਇਆ? ਕਿਉਂਕਿ ਹੁਣ ਇੰਡੀਆ ਵਾਲੇ ਬੰਦੇ ਉਹਨਾਂ ਨੂੰ ਤਾਂ ਚਲੋ ਛੱਡ ਲੈਂਦੇ ਹੋ, ਤੇਰਾ ਇੰਨਾ ਇੰਪੋਰਟੈਂਟ ਦਿਨ ਆ, ਤੇਰਾ ਭਰਾ ਕਿਉਂ ਨਹੀਂ ਆਇਆ ਗਵਾਹੀ ਦੇ? ਤੇ ਉਹਨੂੰ ਵਿਟਨੈਸ ਉਹ ਸੱਦਦੇ ਆ ਕੋਰਟ ਦੇ ਵਿੱਚ। ਹੁਣ ਤੁਸੀਂ ਦੇਖੋ ਕਿ ਜੇ ਮੰਨ ਲਓ ਦੋ ਕੇਸ ਆ, ਪਹਿਲੇ ਕੇਸ ਦੇ ਵਿੱਚ, ਪਹਿਲੇ ਭਰਾ ਦੇ ਕੇਸ ਦੇ ਵਿੱਚ ਉਹਨੇ ਕਿਹਾ ਤੂੰ ਵੀ ਗਵਾਹੀ ਦੇ, ਤੇ ਛੋਟੇ ਭਰਾ ਨੂੰ ਵਿਟਨੈਸ ਬਣਾ ਕੇ ਲੈ ਕੇ ਆ, ਸੋ ਦੋਨਾਂ ਨੂੰ ਗਵਾਹੀ ਦੇਣੀ ਪੈਣੀ। ਫਿਰ ਦੂਜੇ ਭਰਾ ਦੀ ਵਾਰੀ ਆਉਣੀ, ਉਹਨੂੰ ਕਹਿਣਾ ਕਿ ਤੂੰ ਵੱਡੇ ਵਾਲੇ ਭਰਾ ਨੂੰ ਲੈ ਕੇ ਆ, ਹੈ ਨਾ। ਸੋ
ਟੋਟਲ ਦੇਖੋ ਤੁਸੀਂ ਕਿ ਚਾਰ ਚਾਰ ਗਵਾਹੀਆਂ ਜਿਹੜੀਆਂ ਹੋ ਜਾਣੀਆਂ, ਦੋ ਅਲੱਗ ਅਲੱਗ ਕੇਸ ਚੱਲਣੇ ਆ, ਟਾਈਮ ਵੀ ਜ਼ਿਆਦਾ ਲੱਗਣਾ, ਐਫੀਡੈਵਿਟ ਵੀ, ਡਬਲ ਡਬਲ ਡਾਕੂਮੈਂਟ ਜਿਹੜੀ ਜਾਣੀ ਆ। ਤੇ ਕਈ ਕੇਸ ਇੱਦਾਂ ਦੇ ਵੀ ਹੁੰਦੇ ਆ ਕਿ ਲੋਕਾਂ ਨੇ ਕੰਸੋਲੀਡੇਟ ਨਹੀਂ ਕੀਤਾ ਹੁੰਦਾ ਤੇ ਜੱਜ ਫੋਰਸ ਕਰ ਦਿੰਦੇ ਆ ਕਿ ਵਿਟਨੈਸ ਸਾਨੂੰ ਚਾਹੀਦਾ ਹੀ ਚਾਹੀਦਾ, ਅਗਲੀ ਤਰੀਕ 'ਚ ਭਰਾ ਨੂੰ ਵਿਟਨੈਸ ਲੈ ਕੇ ਆਈ। ਤੇ ਗੱਲ ਤਾਂ ਫਿਰ ਉਹੀ ਆ ਗਈ ਕਿ ਜੇ ਵਿਟਨੈਸ ਹੀ ਕੋਰਟ ਨੇ ਬੁਲਾ ਲਿਆ, ਤੇ ਜ਼ਿਆਦਾਤਰ ਉਹਨਾਂ ਦੀ ਅੱਜ ਕੱਲ੍ਹ ਮੰਗ ਹੀ ਇਹੀ ਆ ਕਿ ਬੰਦਾ ਵਿਟਨੈਸ ਕਿਉਂ ਨਹੀਂ ਆਇਆ, ਤੇ ਉਸ ਤੋਂ ਬੈਟਰ ਇਹੀ ਆ ਕਿ ਕੰਸੋਲੀਡੇਟ ਕਰੋ, ਕਿ ਕਸੌਟੀ ਤੇ ਇੱਕੋ ਵਾਰੀ ਉਤਰੋ। ਫਿਰ ਇਹ ਨਹੀਂ ਕਿ ਬਾਰ ਬਾਰ ਅੱਜ ਵੀ ਟ੍ਰਾਇਲ ਕਰੋ, ਫਿਰ 2 ਸਾਲ ਬਾਅਦ ਫਿਰ ਦੁਬਾਰਾ ਤੁਹਾਨੂੰ ਸੱਦ ਲਿਆ ਜਾਵੇ, ਫਿਰ ਦੁਬਾਰਾ ਗਵਾਹੀਆਂ ਤੁਹਾਡੀਆਂ ਹੋਣ। ਸੋ ਤਾਂ ਕਰਕੇ ਜਿਹੜੀ ਕੰਸੋਲੀਡੇਸ਼ਨ ਆ, ਉਹਦੀ ਇਹ ਐਡਵਾਂਟੇਜ ਆ ਕਿ ਡਬਲ ਡਬਲ ਟਾਈਮ ਜਿਹੜਾ ਤੁਹਾਡਾ ਉਹ ਬਚ ਜਾਂਦਾ। ਜੀ ਅਟਾਰਨੀ ਡਰ ਕਹਿੰਦੇ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਜਿਹੜਾ ਉਹ ਆਉਂਦੇ ਹਾਂ, ਕੁਛ ਹੀ ਮਿੰਟਾਂ ਦੇ ਵਿੱਚ ਸਰੋਤਿਓ ਅਸੀਂ ਜੁੜਦੇ ਹਾਂ, ਗੱਲਬਾਤ ਤੋਂ ਆਪਾਂ ਜਾਰੀ ਰੱਖਦੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਇਮੀਗ੍ਰੇਸ਼ਨ। ਮੇਰੇ ਨਾਲ ਜੁੜੇ ਹੋਏ ਨੇ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਟਕਿਆਣਾ ਜੀ। ਅਟਾਰਨੀ ਟਿਟਕਿਆਣਾ ਜੀ, ਇੱਕ ਵਾਰੀ ਫਿਰ GI ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸ ਜਾਈਏ, ਅੱਜ ਕਾਲਸ ਜਿਹੜੀਆਂ ਉਹ ਅਸੀਂ ਨਹੀਂ ਲੈ ਸਕਦੇ, ਇਸ ਚੀਜ਼ ਦੇ ਲਈ ਮਾਫੀ ਆ। ਆਉਂਦੇ ਵੀਕਸ ਦੇ ਵਿੱਚ ਜਦੋਂ ਵੀ ਕਾਲਸ ਲੈਣੀਆਂ ਸ਼ੁਰੂ ਕਰਾਂਗੇ, ਫਿਰ ਆਪਾਂ ਤੁਹਾਨੂੰ ਜਿਹੜਾ ਉਹ ਦੱਸ ਦਿੱਤਾ ਜਿਹੜਾ ਹੋ ਜਾਊਗਾ। ਸੋ ਅਟਾਰਨੀ ਟਿਟਕਿਆਣਾ ਜੀ, ਕੰਸੋਲੀਡੇਟ ਕੇਸਿਸ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ, ਕੋਰਟ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ ਫੋਰਸ ਕਰ ਦਿੰਦਾ ਕੰਸੋਲੀਡੇਸ਼ਨ ਨੂੰ ਲੈ ਕੇ, ਪ੍ਰਾਈਵੇਸੀ ਦੀ ਵੀ ਤੁਸੀਂ ਪਹਿਲਾਂ ਗੱਲ ਕੀਤੀ ਸੀ, ਕੋਈ ਉਸ ਦੇ ਵਿੱਚ ਵੇਵਰ ਵਗੈਰਾ ਇੱਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਆ ਜਿਹੜੀਆਂ ਕਰਨੀਆਂ ਪੈਂਦੀਆਂ? ਸੋ ਪ੍ਰਾਈਵੇਸੀ ਵੇਵਰ ਲਾਉਣਾ ਪੈਂਦਾ ਜਦੋਂ ਦੋ ਤੁਹਾਡੇ ਅਲੱਗ ਅਲੱਗ ਕੇਸ ਹੁੰਦੇ ਆ, ਅਲੱਗ ਅਲੱਗ ਫਾਈਲਾਂ ਚੱਲਦੀਆਂ ਹੁੰਦੀਆਂ, ਤਾਂ ਉਹਨਾਂ ਨੇ ਆਪਣੀ ਜਿਹੜੀ ਕਹਿ ਲਓ ਇੱਕ ਫਾਰਮੈਲਿਟੀ ਰੱਖੀ ਆ ਕਿ ਕੱਲ ਨੂੰ ਕੋਈ ਐ ਨਾ ਕਹੇ ਕਿ ਮੈਨੂੰ ਮੇਰੇ ਤੋਂ ਬਿਨਾਂ ਪੁੱਛੇ ਮੇਰੀ ਇਨਫੋਰਮੇਸ਼ਨ ਲੈ ਲਈ। ਤੇ ਉਹ ਪ੍ਰਾਈਵੇਸੀ ਵੇਵਰ ਜਿਹੜਾ ਕੋਰਟ ਰਿਕੁਆਇਰ ਕਰਦਾ ਜਦੋਂ ਤੁਸੀਂ ਕੇਸ ਇਕੱਠੇ ਕਰਨੇ ਹੁੰਦੇ ਜਾਂ ਗਵਾਹ ਬੰਦੇ ਨੇ ਗਵਾਹ ਬਣਨਾ ਹੁੰਦਾ, ਉਹਦੇ ਨਾਲ ਕੀ ਹੁੰਦਾ ਕਿ ਫਿਰ ਸਰਕਾਰ ਦੇ ਕੋਲ ਪਾਵਰ ਹੁੰਦੀ ਕਿ ਉਹ ਦੋਨਾਂ ਦੀ ਫਾਈਲਾਂ ਦੀ ਛਾਣਬੀਣ ਕਰ ਸਕਦੀ ਹੈ। ਠੀਕ ਹੈ, ਠੀਕ ਹੈ। ਕੋਈ ਇਹਦਾ ਡਰੋਬੈਕ ਵੀ ਆ, ਕੋਈ ਇਹਦਾ ਨੁਕਸਾਨ ਵੀ ਆ ਜੇ ਕੰਸੋਲੀਡੇਟ ਤੁਸੀਂ ਨਹੀਂ ਕਰਦੇ ਹੈਗੇ? ਜੇ ਤੁਸੀਂ ਨਹੀਂ ਕੰਸੋਲੀਡੇਟ ਕਰਦੇ ਤੇ ਸਭ ਤੋਂ ਵੱਡਾ ਨੁਕਸਾਨ ਆਪਾਂ ਇਹੀ ਦੇਖਿਆ ਕਿ ਜੇ ਤੁਹਾਡੀ ਇੰਟਰਵਿਊ ਦੇ ਦੌਰਾਨ ਉਹ ਕਹਿਣ ਕਿ ਤੁਹਾਡਾ ਭੈਣ ਭਰਾ ਨੂੰ ਵਿਟਨੈਸ ਹੈ ਜਾਣਾ ਪੈਣਾ, ਤਾਂ ਉਹਨਾਂ ਨੂੰ ਫਿਰ ਵਿਟਨੈਸ ਆਉਣਾ ਪੈਂਦਾ ਤੇ ਉਹ ਨੁਕਸਾਨ ਇਹ ਹੁੰਦਾ। ਉਹ ਆ ਗਈ ਸੀਗੀ। ਸੋ ਅਟਾਰਨੀ ਟਿਟਕਿਆਣਾ ਜੀ, ਤੁਸੀਂ ਗੱਲ ਕਰ ਰਹੇ ਸੀਗੇ ਵੀ ਕੰਸੋਲੀਡੇਸ਼ਨ ਨਾ ਕਰਨ ਦੇ ਕੀ ਡਰੋਬੈਕ ਜਿਹੜੇ ਉਹ ਹੋ ਸਕਦੇ ਆ, ਸੋ ਜੇ ਤੁਸੀਂ ਉਸ ਗੱਲ ਨੂੰ ਦੁਬਾਰਾ ਇੱਕ ਵਾਰੀ ਫਿਰ ਦੱਸ ਦਿਓ। ਸੋ ਜੀ, ਡਰੋਬੈਕ ਥੋੜ੍ਹੀ ਜਿਹੀ ਐਕੋ ਆ ਰਹੀ ਸੀਗੀ ਤੁਹਾਡੇ ਹੁਣ, ਠੀਕ ਹੈ। ਸੋ ਕਈ ਵਾਰੀ ਨਾ ਕੇਸ ਚੱਲਦਾ ਹੁੰਦਾ ਤੇ ਵਿੱਚ ਜਦੋਂ ਗਵਾਹੀ ਦਾ ਉਹਦਾ ਪਾਰਟ ਆਉਂਦਾ ਕਿ ਤੇਰੇ ਹੋਰ ਕੋਈ ਰਿਸ਼ਤੇਦਾਰ ਭੈਣ ਭਰਾ ਇੱਥੇ ਹੈਗੇ ਆ ਜਿਹੜੇ ਕਿ ਤੁਹਾਨੂੰ ਦੱਸਣੇ ਪੈਂਦੇ ਆ, ਹਨਾ। ਕਈ ਏਦਾਂ ਵੀ ਕੇਸ ਆ ਕਿ ਉਹਨਾਂ ਨੇ ਦੱਸਿਆ ਹੀ ਨਹੀਂ ਆਪਣੇ ਭਰਾ ਦਾ ਇੱਥੇ, ਕਿ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਪਤਾ ਨਹੀਂ ਲੱਗਣਾ ਇਹਨਾਂ ਨੂੰ, ਹਨਾ। ਤੇ ਏਦਾਂ ਦਾ ਨਹੀਂ ਕੋਈ ਕੰਮ ਕਰਨਾ, ਇਹ ਸਾਰਾ ਕੁਛ ਕੰਪਿਊਟਰਾਈਜ਼ਡ ਹੀ ਆ ਆਲਰੇਡੀ, ਤੇ ਕੋਈ ਵੀ ਚੀਜ਼ ਝੂਠ ਨਹੀਂ ਬੋਲਣੀ ਹੁੰਦੀ ਸਪੈਸ਼ਲੀ ਏਦਾਂ ਦੀ, ਹਨਾ।
ਤੇ ਉਹ ਕਹਿੰਦੇ ਕਿ ਫਿਰ ਇਹ ਆਇਆ ਕਿਉਂ ਨਹੀਂ ਗਵਾਹੀ ਦੇਣ, ਤੇ ਜਾਂ ਫਿਰ ਪੁੱਛਦੇ ਆ ਕਿ ਤੇਰੀ ਮਾਤਾ ਦੇ ਬਿਆਨਾਂ ਦੇ ਵਿੱਚ ਸਿਰਫ ਇੰਨਾ ਹੀ ਲਿਖਿਆ ਕਿ ਤੈਨੂੰ ਆ ਕੇ ਲੱਭਦੇ ਆ ਤੇ ਤੇਰਾ ਭਰਾ ਵੀ ਇੱਥੇ ਆ ਤੇ ਉਹਨੂੰ ਨਹੀਂ ਲੱਭਦਾ, ਉਹਦੇ ਬਾਰੇ ਕਿਉਂ ਨਹੀਂ ਮਾਤਾ ਨੇ ਲਿਖਿਆ ਕੁਛ, ਜਾਂ ਉਹਦੇ ਬਾਰੇ ਕਿਉਂ ਨਹੀਂ ਬਾਪੂ ਨੇ ਲਿਖਿਆ ਕਿ ਇੱਦਾਂ ਕਿੱਦਾਂ ਹੋ ਗਿਆ ਕਿ ਉਹਨਾਂ ਦੇ ਐਫੀਡੈਵਿਟਾਂ ਦੇ ਵਿੱਚ ਕੋਈ ਤੇਰੇ ਭਰਾ ਦਾ ਜ਼ਿਕਰ ਹੀ ਨਹੀਂ, ਤੇਰੇ ਜਿਹੜੇ ਬਿਆਨ ਆ ਉਹਦੇ ਵਿੱਚ ਵੀ ਤੇਰੇ ਭਰਾ ਦਾ ਕੋਈ ਜ਼ਿਕਰ ਨਹੀਂ, ਜਿਹੜੇ ਅਸਾਇਲਮ ਦੇ ਫਾਰਮ ਪੁੱਛੇ ਆ ਕਿ ਤੇਰੇ ਫੈਮਿਲੀ ਮੈਂਬਰ ਨੂੰ ਤਾਂ ਨਹੀਂ ਕਿਸੇ ਨੂੰ ਕੋਈ ਨੁਕਸਾਨ ਹੋਇਆ, ਤੂੰ ਉਹਦੇ ਵਿੱਚ ਵੀ ਲਿਖਣਾ ਭੁੱਲ ਗਿਆ, ਇੱਦਾਂ ਕਿੱਦਾਂ ਹੋ ਸਕਦਾ, ਤੇ ਜਦੋਂ ਫਿਰ ਤੇਰੇ ਭਰਾ ਦੀ ਐਪਲੀਕੇਸ਼ਨ ਚੈੱਕ ਕਰੀਏ ਉਹਦੇ ਵਿੱਚ ਵੀ ਇੱਦਾਂ ਹੀ ਆ ਕਿ ਉਹਦੇ ਵਿੱਚ ਤੇਰੇ ਬਾਰੇ ਨਹੀਂ ਲਿਖਿਆ, ਜਿਹੜੇ ਉਹਦੇ ਬਿਆਨ ਆ ਉਹਦੇ ਵਿੱਚ ਵੀ ਮਾਤਾ ਦੇ ਐਫੀਡੈਵਿਟ ਲੱਗੇ ਆ, ਭਰਾ ਦੇ ਬਾਪੂ ਦੇ ਐਫੀਡੈਵਿਟ ਲੱਗੇ ਆ, ਉਹ ਸਿਰਫ ਉਹਦੇ ਬਾਰੇ ਹੀ ਗੱਲ ਕਰ ਰਹੇ ਆ, ਤੇ ਨਾਲ ਢਾਂਚੇ ਵੀ ਜਿੱਦਾਂ ਰਲਦੇ ਆ, ਹੈਨਾ। ਸੋ ਇੱਦਾਂ ਦੀ ਜਿਹੜੀ ਚੀਜ਼ ਬੰਦਾ ਵਰਸਟ ਚੀਜ਼ ਇਹ ਕਰ ਸਕਦਾ ਕਿ ਕੋਰਟ ਜੱਜ ਕਹਿ ਦੇਵੇ ਕਿ ਨਹੀਂ ਮੈਂ ਕਨਵਿੰਸ ਨਹੀਂ, ਤੂੰ ਜੀ ਆਪਣੇ ਭਰਾ ਨੂੰ ਵਿਟਨੈਸ ਬੁਲਾ, ਤੇ ਫਿਰ ਭਰਾ ਵਿਟਨੈਸ ਆਵੇ, ਤੁਹਾਡੇ ਕੇਸ ਦੇ ਵਿੱਚ ਆ ਕੇ ਤੁਹਾਡੀ ਗਵਾਹੀ ਹੋਵੇ, ਭਰਾ ਦੀ ਗਵਾਹੀ ਹੋਵੇ, ਦੋਨਾਂ ਦੇ ਕੇਸ ਵੀ ਅਲੱਗ ਅਲੱਗ ਵਕੀਲਾਂ ਕੋਲ ਜਿਹੜੇ ਚੱਲਦੇ ਪਏ ਆ, ਤੇ ਤੁਸੀਂ ਕਸੌਟੀ ਤੇ ਮੰਨ ਲਓ ਜੇ ਖਰੇ ਵੀ ਉਤਰ ਗਏ, ਫਿਰ ਜਦੋਂ ਭਰਾ ਦੀ ਤਰੀਕ ਆਉਣੀ ਉਹਨੇ ਸੇਮ ਜੱਜ ਨੇ ਕਹਿਣਾ ਕਿ ਤੂੰ ਦੂਜੇ ਭਰਾ ਨੂੰ ਕਿਉਂ ਨਹੀਂ ਲੈ ਕੇ ਆਇਆ, ਹਨਾ। ਸੋ ਇਹ ਤੁਸੀਂ ਦੇਖੋ ਕਿ ਦੋ ਦੋ ਤਿੰਨ ਤਿੰਨ ਵਾਰੀ ਤੁਹਾਨੂੰ ਜਦੋਂ ਜੱਜ ਦੇ ਮੂਹਰੇ ਜਾਣਾ ਪੈਂਦਾ, ਘਰਦਿਆਂ ਨੂੰ ਵੀ ਡਬਲ ਡਬਲ ਐਫੀਡੇਵਿਟ ਬਣਾਉਣੇ ਪੈਣੇ ਆ, ਸਾਰੇ ਡਾਕੂਮੈਂਟ ਸਾਰਾ। ਉਤੋਂ ਚੰਗਾ ਫਿਰ ਇਹੀ ਆ ਕਿ ਕੇਸਿਸ ਨੂੰ ਜਿਹੜਾ ਕੰਸੋਲੀਡੇਟ ਕੀਤਾ ਜਾਵੇ ਤਾਂ ਕਿ ਸਾਰਾ ਕੁਝ ਜਿਹੜਾ ਇੱਕੋ ਵਾਰੀ ਨਿਪਟਿਆ ਜਾਵੇ, ਕਿ ਮਾਤਾ ਨੂੰ ਇੱਕ ਐਫੀਡੇਵਿਟ ਦੇਣਾ ਪਵੇ, ਦੋਨੋਂ ਮੁੰਡਿਆਂ ਬਾਰੇ ਗੱਲ ਕਰੇ, ਸੇਮ ਥਿੰਗ ਫਾਦਰ ਦੇ ਬਾਰੇ ਆ, ਤੇ ਉਹਨਾਂ ਕੀ ਆ ਕਿ ਜਿਹੜਾ ਰੈਕਡ ਆ ਉਹ ਕਲੀਨ ਰਹਿੰਦਾ, ਉਹਦੇ ਵਿੱਚ ਠੀਕ ਫਿਰ ਹੈ। ਕੋਈ ਪ੍ਰੋਬਲਮ ਨਹੀਂ ਹੁੰਦੀ, ਹਨਾ। ਤੇ ਤਾਂ ਕਰਕੇ ਜਿਹੜਾ ਡਰੋਬੈਕ ਨਹੀਂ ਕੰਸੋਲੀਡੇਟ ਕਰਨ ਦਾ ਸਭ ਤੋਂ ਵੱਡਾ ਡਰੋਬੈਕ ਇਹੀ ਹੈ ਕਿ ਤੁਹਾਨੂੰ ਲੱਗਦਾ ਕਿ ਸ਼ਾਇਦ ਅਲੱਗ ਅਲੱਗ ਕਰੀਏ ਤਾਂ ਬੈਟਰ ਆ, ਪਰ ਜੱਜ ਐਜ਼ ਅ ਵਿਟਨੈਸ ਬਣਾ ਲਵੇ ਫਿਰ ਤਾਂ ਡਬਲ ਨੁਕਸਾਨ ਹੋ ਗਿਆ ਤੁਹਾਨੂੰ। ਤੁਸੀਂ ਚਾਹੁੰਦੇ ਸੀ ਕਿ ਦੋਨਾਂ ਦੇ ਅਲੱਗ ਅਲੱਗ ਸੁਣਨੇ, ਉਹਨੇ ਤੁਹਾਨੂੰ ਵਿਟਨੈਸ ਬਣਾ, ਤੁਹਾਡੇ ਭਰਾ ਨੂੰ ਵਿਟਨੈਸ ਬਣਾ ਲਿਆ ਤੁਹਾਡੇ ਕੇਸ 'ਚ, ਤੇ ਤੁਹਾਨੂੰ ਵੀ ਉਹਦੇ ਕੇਸ 'ਚ ਜਾਣਾ ਪੈਣਾ। ਸੋ ਗੱਲ ਤਾਂ ਫਿਰ ਉਹੀ ਆ ਗਈ ਕਿ ਦੋਨਾਂ ਨੂੰ ਜੇ ਗਵਾਹੀ ਦੇਣੀ ਪੈ ਗਈ ਤਾਂ ਇਹ ਤੋਂ ਚੰਗਾ ਕੰਸੋਲੀਡੇਸ਼ਨ ਹੀ ਵਧੀਆ, ਕਿ ਜਿਹੜਾ ਦੋਨਾਂ 'ਚੋਂ ਜਿਹੜੇ ਜੱਜ ਦੀ ਰੇਟਿੰਗ ਜ਼ਿਆਦਾ ਵਾ, ਵਧੀਆ ਜੱਜ ਆ, ਜਾਂ ਜਿਹਦੀ ਤਰੀਕ ਨੇੜੇ ਆ, ਜਿੱਦਾਂ ਤੁਹਾਨੂੰ ਲੱਗਦਾ ਤੁਸੀਂ ਉਹ ਜੱਜ ਦੇ ਮੂਹਰੇ ਕੰਸੋਲੀਡੇਟ ਕਰੋ। ਕਈ ਵਾਰੀ ਏਦਾਂ ਹੁੰਦਾ ਕਿ ਜਿਹੜਾ ਬੰਦਾ ਪਹਿਲਾਂ ਆਇਆ ਉਹਦੀ ਤਰੀਕ ਚੜ੍ਹੀ ਹੁੰਦੀ ਹੈ, ਤੇ ਦੂਜਾ ਵਾਲਾ ਬੰਦਾ ਜਿੱਦਾਂ ਮੰਨ ਲਓ ਉਹਦੀ 3 ਸਾਲ ਬਾਅਦ ਆ, ਪਰ ਕੰਸੋਲੀਡੇਟ ਕਰਨ ਨਾਲ ਉਹਦੀ ਵੀ ਤਰੀਕ ਛੇਤੀ ਇਹਦੇ ਨਾਲ ਹੀ ਪੈ ਜਾਂਦੀ ਹੈ, ਠੀਕ ਹੈ। ਤੇ ਉਹ ਵੀ ਕੰਸੋਲੀਡੇਸ਼ਨ ਦਾ ਇੱਕ ਕਾਫੀ ਜ਼ਿਆਦਾ ਜਿਹੜਾ ਫਾਇਦਾ ਆ। ਠੀਕ ਹੈ। ਸੋ ਬਿਲਕੁਲ। ਸੋ ਜਿੱਦਾਂ ਤੁਸੀਂ ਦੱਸਿਆ ਵੀ ਕੌਣ ਕਰ ਸਕਦੇ ਆ, ਕੀ ਮਤਲਬ ਆ ਇਹਨਾਂ ਦਾ, ਕਿਹੜੇ ਕੇਸ ਕੰਸੋਲੀਡੇਟ ਕਰ ਲੈਣੇ ਚਾਹੀਦੇ ਆ, ਜੇ ਨਹੀਂ ਕਰਦੇ ਤਾਂ ਉਹਦਾ ਨੁਕਸਾਨ ਕੀ ਆ। ਤੁਸੀਂ ਓਬਵੀਅਸਲੀ ਤੁਹਾਡੇ ਵੀ ਕਲਾਇੰਟਸ ਹੋਣਗੇ ਜਿਨ੍ਹਾਂ ਦੇ ਤੁਸੀਂ ਕੇਸ ਜਿਹੜੇ ਕੰਸੋਲੀਡੇਟ ਕੀਤੇ ਹੋਣਗੇ, ਜੇ ਕੋਈ ਐਗਜ਼ਾਮਪਲ, ਕੋਈ ਉਦਾਹਰਣ ਇਸ ਸਾਰੇ ਮਾਮਲੇ ਦੇ ਵਿੱਚ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਆ, ਅਦਾਲਤ ਵਿੱਚ ਫਿਰ ਇਵੈਂਚੁਅਲੀ ਉਹਦਾ ਕੀ ਬੈਨੀਫਿਟ ਜਾਂ ਕਿੱਦਾਂ ਇੱਕ ਦੂਜੇ ਦੀ ਹੈਲਪ ਹੋ ਜਾਂਦੀ ਆ, ਕਿਉਂਕਿ ਤੁਸੀਂ ਦੱਸਦੇ ਰਹੇ ਇਨਡਾਇਰੈਕਟ ਰੀਡਾਇਰੈਕਟ ਕੁਐਸ਼ਨੇਅਰ, ਕੀ ਇਹ ਕੰਸੋਲੀਡੇਸ਼ਨ ਕੇਸਿਸ ਦੇ ਵਿੱਚ ਇਹ ਡਾਇਰੈਕਟ ਰੀਡਾਇਰੈਕਟ ਦੇ ਨਾਲ ਵੀ ਫਾਇਦਾ ਹੁੰਦਾ ਆ ਉਸ ਚੀਜ਼ ਦੇ, ਉਸ ਹਿਸਾਬ ਦੇ ਨਾਲ? ਕਾਫੀ ਸਾਰੇ ਆਪਾਂ ਕੰਸੋਲੀਡੇਟਡ ਕੇਸਿਸ ਆਰਗਿਊ ਕੀਤੇ ਆ ਕੋਰਟਾਂ ਮੂਹਰੇ। ਠੀਕ ਇਨਫੈਕਟ ਹੈ। ਇਹ ਆਪਣਾ ਕੱਲ ਹੀ ਇੱਕ ਸੀਗਾ ਫਰਾਈਡੇ ਨੂੰ, ਤੇ ਜਿਹੜੀ ਇਨਫੋਰਮੇਸ਼ਨ ਆ ਉਹ ਸੋਸ਼ਲ ਮੀਡੀਆ ਆਪਣੇ ਜਿਹੜੇ ਹੈਗਾ ਉੱਤੇ ਇੰਸਟਾਗ੍ਰਾਮ ਟਿਕਟੋਕ ਤੇ ਵੀ ਅਵੇਲੇਬਲ ਹੁੰਦੀ ਹੈ ਨਾ। ਆਪਾਂ ਵੀਡੀਓ ਵਗੈਰਾ ਜਦੋਂ ਕੇਸ ਪਾਸ ਹੁੰਦਾ ਸ਼ੁਰੂ ਕਰਦੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਹੜੇ ਹਿਸਾਬ ਨਾਲ ਕੋਰਟਾਂ ਚੱਲਦੀਆਂ, ਤੇ ਕਮਿਊਨਿਟੀ ਪੂਰੀ ਨੂੰ ਜਿਹੜਾ ਇਨਫੋਰਮੇਸ਼ਨ ਦੇਣ ਦਾ ਉਪਰਾਲਾ ਕਰੀਦਾ ਜਿੰਨਾ ਕੁ ਆਪਣੇ ਲੀਗਲ ਮਾਣ ਮਰਿਆਦਾ 'ਚ ਰਹਿ ਕੇ ਦੇ ਸਕਦੇ ਹਾਂ, ਜੀ। ਤੇ ਉਹ ਕਿਉਂਕਿ ਜ਼ਰੂਰੀ ਆ ਹਨਾ ਚੀਜ਼। ਸੋ ਕੰਟਰੀ ਕਿਉਂਕਿ ਤੁਹਾਨੂੰ ਪਤਾ ਰੂਲ ਰੈਗੂਲੇਸ਼ਨ ਵਾਲੇ ਹਿਸਾਬ ਦੀ ਆ, ਰੂਲ ਹਾਂਜੀ। ਰੈਗੂਲੇਸ਼ਨ ਦੇ ਨਾਲ ਹੀ ਤੁਰਨਾ ਪੈਂਦਾ ਸਾਰਿਆਂ ਨੂੰ। ਤੇ ਕੰਸੋਲੀਡੇਟ ਕੇਸਾਂ ਦੇ ਵਿੱਚ ਕੀ ਸੀਗਾ ਕਿ ਕਈ ਵਾਰੀ ਤਾਂ ਇਕੱਠੇ ਬਿਠਾਉਣੇ ਪੈਂਦੇ, ਜੱਜ ਕਹਿੰਦੇ ਕਿ ਮੈਂ ਅਲੱਗ ਅਲੱਗ ਚਾਹੁੰਦੀ ਹਾਂ ਕਿ ਅਲੱਗ ਅਲੱਗ ਗਵਾਹੀ ਦੇਣ ਆਪਣੇ, ਇੱਕ ਨੂੰ ਬਾਹਰ ਕੱਢ ਦਿੱਤਾ ਜਾਵੇ, ਠੀਕ ਹੈ। ਤੁਸੀਂ ਉਹਨੂੰ ਓਬਜੈਕਟ ਕਰ ਸਕਦੇ ਹਾਂ ਕਿ ਨਹੀਂ ਆਪਾਂ ਇਹਨਾਂ ਨੂੰ ਇਕੱਠੇ ਰੱਖਣਾ, ਤੇ ਫਿਰ ਮਤਲਬ ਜੱਜ ਨਹੀਂ ਇੱਦਾਂ ਚਾਹੁੰਦੇ, ਨਾ ਹੀ ਸਰਕਾਰੀ ਵਕੀਲ ਚਾਹੁੰਦੇ, ਪਰ ਤੁਹਾਡਾ ਰਾਈਟ ਹੁੰਦਾ, ਤੁਸੀਂ ਕਹਿ ਸਕਦੇ ਹਾਂ, ਜੱਜ ਉਹਨੂੰ ਕੁਛ ਕਹਿ ਨਹੀਂ ਸਕਦੀ, ਠੀਕ ਹੈ। ਤੇ ਜੱਜ ਬਸ ਇਹ ਕਹੂਗੀ ਕਿ ਜੇ ਤੁਸੀਂ ਇਕੱਠੇ ਹੀ ਬਹਿ ਕੇ ਗਵਾਹੀ ਦੇਣੀ ਹੈ ਤਾਂ ਫਿਰ ਮੈਂ ਘੱਟ ਵੇਟ ਦਊਂਗੀ ਉਹਨੂੰ। ਓਕੇ। ਤੇ ਕਿਉਂਕਿ ਹੁਣ ਜਦੋਂ ਮੰਨ ਲਓ ਕਿ ਦੋ ਜਾਣੇ ਆ, ਜੇ ਜੇ ਤਾਂ ਉਹਨਾਂ ਦੀ ਗਤੀਵਿਧੀ ਬਿਲਕੁਲ ਅਲੱਗ ਅਲੱਗ ਟਾਈਮ ਫਰੇਮ 'ਚ ਸੀਗੀ, ਮਤਲਬ ਕਿ ਉਹਨਾਂ ਦਾ ਕੋਈ ਓਵਰਲੈਪ ਨਹੀਂ ਹੈਗਾ, ਫਿਰ ਤਾਂ ਉਹਨਾਂ ਦੀ ਕਾਇੰਡ ਆਫ ਲਾਈਕ ਇੰਡੀਪੈਂਡੈਂਟ ਆਪਣੇ ਅਲੱਗ ਅਲੱਗ ਹੀ ਕੇਸ ਹੋ ਗਏ ਹਨਾ, ਤੇ
ਕਈ ਫੈਕਟ ਉਹਨਾਂ ਦੇ ਕਾਮਨ ਆ ਕਿ ਜਦੋਂ ਉਰੇ ਆ ਕੇ ਉਹਨਾਂ ਨੇ ਕੀ ਗਤੀਵਿਧੀਆਂ ਕੀਤੀਆਂ ਜਾਂ ਪਿੱਛੋਂ ਇੰਡੀਆ ਦੇ ਵਿੱਚ ਕੀ ਹੋਇਆ। ਤੇ ਜੇ ਉਹਨਾਂ ਦੇ ਫੈਕਟ ਇੱਦਾਂ ਦੇ ਸੀਗੇ ਕਿ ਉਹ ਓਵਰਲੈਪ ਕਰਦੇ ਆ, ਕਿ ਮਤਲਬ ਉਹ ਇਕੱਠੇ ਸੀਗੇ ਐਟ ਅ ਟਾਈਮ ਸਟੈਪ, ਫਿਰ ਬਹੁਤ ਜ਼ਿਆਦਾ ਕੁਸ਼ਚਨ ਜਿਹੜੇ ਲੱਗਦੇ ਆ ਕਿ ਤੈਨੂੰ ਉਹਦੇ ਬਾਰੇ ਕੀ ਪਤਾ, ਉਹਨੂੰ ਤੇਰੇ ਬਾਰੇ ਕੀ ਪਤਾ, ਹੈ ਨਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਡਾਇਰੈਕਟ ਐਗਜ਼ਾਮੀਨੇਸ਼ਨ ਕ੍ਰੋਸ ਐਗਜ਼ਾਮੀਨੇਸ਼ਨ 'ਚ ਕਨਫਿਊਜ਼ਿੰਗ ਹੋ ਜਾਂਦਾ ਕਈ ਵਾਰੀ। ਸੋ ਉਹ ਕੇਸਾਂ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਬੰਦਿਆਂ ਨੂੰ ਇਕੱਠੇ ਰੱਖਿਆ ਜਾਵੇ ਕੋਰਟ ਦੇ ਵਿੱਚ, ਅਲੱਗ ਅਲੱਗ ਨਾ ਕੀਤਾ ਜਾਵੇ। ਸਕੁਐਸਚਰ ਕਹਿੰਦੇ ਨੂੰ, ਵਿਟਨੈਸ ਨੂੰ ਅਲੱਗ ਅਲੱਗ ਕਮਰਿਆਂ 'ਚ ਭੇਜ ਦਿੱਤਾ ਜਾਂਦਾ। ਠੀਕ ਹੈ। ਤੇ ਜੇ ਉਹਨਾਂ ਦੇ ਕੇਸ ਬਿਲਕੁਲ ਹੀ ਅਲੱਗ ਅਲੱਗ ਟਾਈਮ ਸਟੈਂਪ ਸੀਗੀ, ਤੇ ਜੱਜ ਸਾਹਿਬ ਜੇ ਕਹਿੰਦੇ ਆ ਕਿ ਅਲੱਗ ਅਲੱਗ ਕਰੋ, ਤੇ ਉਹਦੇ ਵਿੱਚ ਇੱਦਾਂ ਕਿ ਜੇ ਤੁਸੀਂ ਕਰ ਦਿਓ ਤੇ ਬਿਆਨ ਉਹਨਾਂ ਦੇ ਵਧੀਆ, ਤੇ ਜੱਜ ਸਾਹਿਬ ਵੀ ਫਿਰ ਕਨਵਿੰਸਡ ਹੋ ਜਾਂਦੇ ਆ, ਹਨਾ, ਕਿਉਂਕਿ ਗਵਾਹ ਹੀ ਆ ਕੇ ਦੇ ਗਿਆ ਤੇ ਸਰਕਾਰ ਹੁਣ ਉਹਨੂੰ ਕਿੱਦਾਂ ਕਾਊਂਟਰ ਕਰੂਗੀ। ਤੇ ਜੇ ਦੋਨਾਂ ਦੀ ਗਵਾਹੀ ਸਹੀ ਆ ਤੇ ਫਿਰ ਕੋਰਟ ਦੇ ਵੀ ਹੱਥ ਬੱਝ ਜਾਂਦੇ ਆ, ਤੇ ਉਹਨਾਂ ਨੂੰ ਕੇਸ ਜ਼ਿਆਦਾਤਰ ਜਿਹੜਾ ਉਹ ਪਾਸ ਕਰ ਦਿੰਦੇ ਆ। ਠੀਕ ਹੈ। ਜਾਂਦੇ ਜਾਂਦੇ ਅਟਾਰਨੀ ਟਿਕਣ ਜੀ, ਤੁਸੀਂ ਜੇ ਆਪਣਾ ਓਪੀਨੀਅਨ ਕੰਸੋਲੀਡੇਸ਼ਨ ਦੇ ਕੇਸਿਸ ਨੂੰ ਲੈ ਕੇ ਜਾਂ ਓਵਰਆਲ ਇਸ ਪ੍ਰੋਸੈਸ ਨੂੰ ਲੈ ਕੇ ਜੇ ਤੁਸੀਂ ਸ਼ੇਅਰ ਕਰਨਾ ਹੋਵੇ, ਤੁਸੀਂ ਕੀ ਸੋਚਦੇ ਆ ਓਵਰਆਲ ਕੰਸੋਲੀਡੇਸ਼ਨ ਦੇ? ਓਵਰਆਲ ਜੀ ਬਿਲਕੁਲ ਜਿਹੜੀ ਕੰਸੋਲੀਡੇਸ਼ਨ ਕਰਨੀ ਚਾਹੀਦੀ ਹੈ, ਕਿਉਂਕਿ ਆਪਾਂ ਕਈ ਵਾਰੀ ਦੇਖਦੇ ਹਾਂ ਫੈਮਿਲੀ ਦੇ ਫੈਕਟ ਪੈਟਰਨ ਕਿ ਮਲਟੀਪਲ ਸਿਬਲਿੰਗ ਜਿੱਦਾਂ ਭਰਾ ਭੈਣ ਉਰੇ ਆਏ ਆ, ਭੈਣਾਂ ਦੇ ਅੱਗੇ ਵਿਆਹ ਉਹਨਾਂ ਦੇ, ਜਿੱਦਾਂ ਹੁਣ ਘਰ ਵਾਲੇ ਉਰੇ ਆਏ ਆ, ਮਤਲਬ ਕਿ ਉਹਨਾਂ ਦੇ ਇਹਨਾਂ ਦੇ ਵੀ ਕੇਸ ਉਹੀ, ਉਹਨਾਂ ਦੇ ਵੀ ਉਹੀ ਆ। ਜਿਹੜੀ ਭੈਣ ਆ ਉਹ ਆਪਣੇ ਘਰੇ ਵੀ ਰਹਿੰਦੀ ਆ, ਸਹੁਰੇ ਘਰੇ ਵੀ ਰਹਿੰਦੀ ਆ, ਉਹ ਇੱਧਰ ਵੀ ਗਵਾਹ ਸੀਗੀ ਉੱਧਰ ਵੀ ਗਵਾਹ ਸੀਗੀ, ਇੱਦਾਂ ਕਈ ਵਾਰੀ ਬਹੁਤ ਵੱਡੇ ਲੈਵਲ ਤੇ ਵੀ ਜਿਹੜੇ 10-10 ਵੀ ਪਰਿਵਾਰ ਮੈਂਬਰ ਜਿਹੜੇ ਉਹ ਆਏ ਆ, ਹਨਾ, ਕੰਸੋਲੀਡੇਸ਼ਨ ਚ ਨਹੀਂ ਉਹਨਾਂ ਦੇ ਕੇਸ ਜਿਹੜੇ ਚੱਲਦੇ ਆ ਚੱਲਦੇ ਆ। ਠੀਕ ਹੈ। ਉਹ ਕੋਈ ਇੱਧਰ ਨੂੰ ਭੱਜਿਆ ਫਿਰਦਾ, ਕੋਈ ਉੱਧਰ ਨੂੰ ਭੱਜਿਆ ਫਿਰਦਾ, ਕੋਈ ਕੁਛ, ਹਨਾ, ਤਾਂ ਉਹ ਕੋਈ ਧਿਆਨ ਨਹੀਂ ਦਿੰਦਾ ਕਿ ਇੰਨੇ ਲੈਵਲ ਦੀ ਤਾਂ ਕੋਈ ਸੋਚਦਾ ਵੀ ਨਹੀਂ, ਕਿ ਸਾਰਾ ਕਹਿੰਦੇ ਸਾਰਾ ਆਪਣੇ ਆਪਣੇ ਲੈਵਲ ਤੱਕ ਸੋਚਦੇ ਆ। ਤਾਂ ਕੰਸੋਲੀਡੇਸ਼ਨ ਦਾ ਸ਼ੇਅਰ ਕਰਨ ਦਾ ਮਕਸਦ ਇਹੀ ਸੀਗਾ ਕਿ ਜਦੋਂ ਲੋਕਾਂ ਨੂੰ ਪਤਾ ਵੀ ਨਹੀਂ ਕਈਆਂ ਨੂੰ ਕਿ ਇੱਦਾਂ ਵੀ ਹੁੰਦਾ ਜਾਂ ਕਰਨੇ ਚਾਹੀਦੇ ਆ। ਸੋ ਤੁਸੀਂ ਦੇਖੋ ਕਿ ਹੁਣ ਇੱਕ ਪਰਿਵਾਰ ਦੇ ਜੇ 10 ਮੈਂਬਰ ਆ ਗਏ, ਹਨਾ, ਇੱਕੋ ਪਿੰਡ ਚੋਂ ਆ ਜਾਂ ਲਾਗੇ ਬੰਨੇ ਹੋ ਆ, ਉਹਨੂੰ ਆਪਾਂ, ਸਾਡੇ ਕੋਲ ਅਪੀਲ 'ਚ ਇੱਕ ਕੇਸ ਆਇਆ ਸੀਗਾ, ਉਹਨੂੰ ਪੁੱਛਿਆ ਕਿ ਤੈਨੂੰ ਪਤਾ ਕਿ ਕਿਸੇ ਨਾਲ ਇੱਦਾਂ ਹੋਇਆ ਹੋਵੇ। ਉਹ ਆਪਣੀਆਂ ਐਗਜ਼ਾਮਪਲਾਂ ਦੇ ਕੇ ਆਇਆ ਕਿ ਸਿੱਧੂ ਮੂਸੇਵਾਲੇ ਨੂੰ, ਦੀਪ ਸਿੱਧੂ ਨੂੰ ਇੱਦਾਂ ਹੋਇਆ ਸੀਗਾ, ਇੱਦਾਂ ਸੀਗਾ। ਤੇ ਉਹ ਕਹਿੰਦਾ ਹੋਰ ਕੋਈ ਕਿਸੇ ਦਾ ਪਤਾ? ਤੈਨੂੰ ਕਹਿੰਦਾ ਨਹੀਂ ਪਤਾ। ਤੇ ਜੱਜ ਕਵੇ ਅੱਗੋਂ ਕਿ ਤੂੰ ਆਪਣੇ ਭਰਾ ਦਾ ਨਾਂ ਕਿਉਂ ਨਹੀਂ ਲਿਆ ਜਿਹੜਾ ਅਮਰੀਕਾ ਦੇ ਵਿੱਚ ਆ, ਤੂੰ ਆਪਣੀ ਭੈਣ ਦਾ ਨਾਂ ਕਿਉਂ ਨਹੀਂ ਲਿਆ, ਤੂੰ ਜੀਜੇ ਦਾ ਨਾਂ ਕਿਉਂ ਨਹੀਂ ਲਿਆ, ਤੇ ਤੂੰ ਰਹਿਣਾ ਕਿਹਦੇ ਨਾਲ? ਉਹਨੇ ਕਿਹਾ ਮੈਂ ਰੂਮਮੇਟ ਨਾਲ। ਤੇਰੇ ਨਾਲ ਕੌਣ ਰਹਿੰਦੇ? ਇੰਨੇ ਜਾਣੇ ਰਹਿੰਦੇ, ਹਨਾ, 7 ਜਾਣੇ 8 ਜਾਣੇ, ਉਹਨਾਂ ਨੇ ਸੈਲਨ ਫਾਈਲ ਕੀਤੇ ਆ, ਉਹ ਕੀਤੇ ਆ। ਉਹਨੇ ਕਿਹਾ ਤੂੰ ਉਹਨਾਂ ਦਾ ਨਾਂ ਕਿਉਂ ਨਹੀਂ ਲਿਆ? ਤੇਰੇ ਨਾਲ ਹੀ ਜਿਹੜੇ ਰਹਿੰਦੇ ਆ, ਜਿਹਨਾਂ ਨਾਲ ਉੱਠਦਾ ਬੈਠਦਾ, ਤੂੰ ਵੱਡੀਆਂ ਵੱਡੀਆਂ ਐਗਜ਼ਾਮਪਲਾਂ ਦੇਈ ਜਾਂਦਾ ਕਿ ਦੀਪ ਸਿੱਧੂ ਨਾਲ ਇੱਦਾਂ ਹੋਇਆ, ਸਿੱਧੂ ਮੂਸੇਵਾਲੇ ਨਾਲ ਇੱਦਾਂ ਹੋਇਆ, ਪਰ ਤੈਨੂੰ ਡਾਇਰੈਕਟ ਸਵਾਲ ਕੀਤਾ ਗਿਆ, ਤੂੰ ਉਹਦਾ ਜਵਾਬ ਕਿਉਂ ਨਹੀਂ ਦਿੱਤਾ? ਨਾਲੇ ਆਪਣੇ ਫਾਰਮ ਦੇ ਵਿੱਚ ਕਿਉਂ ਨਹੀਂ ਲਿਖਿਆ ਜਿੱਥੇ ਸੀਗਾ ਕਿ ਕਿਸੇ ਹੋਰ ਪਰਿਵਾਰਕ ਮੈਂਬਰ ਨਾਲ ਇੱਦਾਂ ਹੋਇਆ, ਤੇ ਨਾ ਹੀ ਤੇਰੇ ਐਫੀਡੈਵਿਟ ਨੇ ਕੁਛ ਲਿਖਿਆ? ਤੇ ਇਤੋਂ ਲੱਗਦਾ ਕਿ ਸ਼ਾਇਦ ਤੂੰ ਸੱਚ ਨਹੀਂ ਬੋਲ ਰਿਹਾ, ਕਿਉਂਕਿ ਇਹ ਬਹੁਤ ਇੱਕ ਮੇਜਰ ਮਟੀਰੀਅਲ ਜਿਹੜੀ ਓਮਿਸ਼ਨ ਹੈਗੀ ਹੈ। ਸੋ ਇਹ ਚੀਜ਼ ਨੂੰ ਤੁਸੀਂ ਸੋਚ ਕੇ ਦੇਖੋ ਆਪ ਕਿ ਹੁਣ ਬਹੁਤ ਜ਼ਿਆਦਾ ਜਿਹੜੇ ਕੇਸ ਉਹ ਆ ਗਏ ਆ, ਫਾਰਮ ਦੇ ਵਿੱਚ ਹੀ ਇਨਬਿਲਟ ਆ ਕਿ ਤੁਸੀਂ ਸਿਬਲਿੰਗ ਦੀ ਲੋਕੇਸ਼ਨ ਕਿੱਥੇ ਆ, ਹਨਾ। ਹਾਂਜੀ। ਜਦੋਂ ਤੁਹਾਡਾ ਫਾਰਮ ਹੀ ਭਰੂਗਾ, ਉਹਨੇ ਦੇਖਣਾ ਉੱਥੇਗਾ ਕੈਲੀਫੋਰਨੀਆ ਦਾ ਐਡਰੈਸ, ਅਮਰੀਕਾ 'ਚ ਕਿਸੇ ਸ਼ਹਿਰ ਦਾ ਐਡਰੈਸ ਆ, ਤਾਂ ਓਬਵੀਅਸਲੀ ਸਿੱਧਾ ਹੀ ਸਵਾਲ ਆ ਗਏ, ਆਇਆ ਕਿਉਂ ਨਹੀਂ ਗਵਾਹੀ ਦੇਣ ਬੰਦਾ, ਜਾਂ ਤੇਰੇ ਬਿਆਨਾਂ ਦੇ ਵਿੱਚ ਇਹਦੇ ਬਾਰੇ ਕਿਉਂ ਨਹੀਂ ਲਿਖਿਆ? ਹੁਣ ਮੇਨ ਚੀਜ਼ ਇਹ ਹੈ ਕਿ ਜੇ ਹੁਣ ਤੁਹਾਡਾ ਵਾਲਾ ਵਕੀਲ ਪੁੱਛੂਗਾ ਕਿ ਅੱਛਾ ਚੱਲ ਦੱਸ ਤੇਰੇ ਭਰਾ ਜਾਂ ਭੈਣ ਨਾਲ ਕੀ ਹੋਇਆ ਸੀਗਾ, ਉਹਦੀਆਂ ਤਰੀਕਾਂ ਦੱਸ, ਜੇ ਕੋਈ ਉੱਤੇ ਹਮਲਾ ਹੋਇਆ ਉਹਦੀਆਂ ਤਰੀਕਾਂ ਦੱਸ, ਉਹ ਹੁਣ ਤੁਸੀਂ ਜਾਂ ਤਾਂ ਤੁਹਾਨੂੰ ਉਹ ਇਨਫੋਰਮੇਸ਼ਨ ਹੋਊਗੀ, ਜਾਂ ਤੁਹਾਨੂੰ ਆਪਣੇ ਭਰਾ ਭੈਣ ਨੂੰ ਵਿਟਨੈਸ ਬਣਾਉਣਾ ਪਊਗਾ, ਸਿੱਧੀ ਜੀ ਗੱਲ, ਹਨਾ। ਤੇ ਤਾਂ ਕਰਕੇ ਜਿਹੜਾ ਕੰਸੋਲੀਡੇਸ਼ਨ ਹੈ ਨਾ, ਕਈ ਵਾਰੀ ਅਲੱਗ ਅਲੱਗ ਮਲਟੀਪਲ ਵਕੀਲ, ਮਲਟੀਪਲ ਸਟੇਟ ਦੁਆਰਾ ਦੁਆਰਾ ਸੇਮ ਡਾਕੂਮੈਂਟ ਘਰਦਿਆਂ ਨੂੰ ਭੇਜਣੇ ਪੈਂਦੇ ਆ, 10-10 ਫੈਮਿਲੀ ਦੇ ਜਾਣੇ ਹੁੰਦੇ ਆ, ਬਹੁਤ ਜ਼ਿਆਦਾ ਕਨਫਿਊਜ਼ਿੰਗ ਜਿਹੜਾ ਹੋ ਜਾਂਦਾ। ਸੋ ਇੱਦਾਂ ਦੇ ਕੇਸਾਂ ਦੇ ਵਿੱਚ ਕੰਸੋਲੀਡੇਸ਼ਨ ਜਿਹੜੀ ਬੈਟਰ ਰਹਿੰਦੀ ਆ। ਠੀਕ ਹੈ ਜੀ ਜੀ। ਸੋ ਬਿਲਕੁਲ, ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸ ਦਈਏ, ਅੱਜ ਕਾਲਸ ਨਹੀਂ ਜਿਹੜੀਆਂ ਅਸੀਂ ਲੈ ਸਕਾਂਗੇ, ਅਤੇ ਨਾ ਹੀ ਹੁਣ ਜਿਹੜੀਆਂ ਉਹ ਲਵਾਂਗੇ। ਆਉਂਦੇ ਕੁਛ ਵੀਕ ਬਾਅਦ ਜਿਹੜਾ ਆਪਾਂ ਕਾਲਸ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਹੀ ਗੱਲਬਾਤ ਆ, ਅਤੇ ਅਟਾਰਨੀ ਟਿਰਕੈਣਾ ਜੀ ਥੈਂਕ ਯੂ, ਤੁਸੀਂ ਇਸ ਨਾਜ਼ੁਕ ਸਮੇਂ ਦੇ ਵਿੱਚ ਵੀ ਆਪਣਾ ਸਮਾਂ ਕੱਢ ਕੇ ਫਿਰ ਵੀ ਕਮਿਊਨਿਟੀ ਦੇ ਨਾਲ ਰੇਡੀਓ ਦੇ ਉੱਤੇ ਆ ਕੇ ਇਹਨਾਂ ਚੀਜ਼ਾਂ ਦੇ ਬਾਰੇ ਦੱਸਿਆ। ਇਸ ਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ, ਅਤੇ ਪਰਮਾਤਮਾ ਅੱਗੇ ਫਿਰ ਅਰਦਾਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਉਹ
ਦੁਖਦਾਈ ਭਾਣੇ ਨੂੰ ਮੰਨਣ ਦਾ ਜਿਹੜਾ ਬਲ ਬਖਸ਼ੇ ਪਰਮਾਤਮਾ, ਉਹਨਾਂ ਦੀਆਂ ਆਤਮਾਵਾਂ ਨੂੰ, ਮੁੰਡਿਆਂ ਦੀਆਂ ਆਤਮਾਵਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਅੱਜ ਦੇ ਪ੍ਰੋਗਰਾਮ ਦੇ ਲਈ ਥੈਂਕ ਯੂ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।